ਇਹ ਜਿਹੜੇ ਆਪਣੇ ਪਿੰਡਾਂ ਤੇ ਸ਼ਹਿਰਾਂ ਚ ਛੋਟੇ ਛੋਟੇ ਪ੍ਰਾਪਰਟੀ ਡੀਲਰ ਬੈਠੇ ਹੋਏ ਆ ਨਾ ਹਰਪ੍ਰੀਤ, ਉਹ ਸਭ ਤੋਂ ਵੱਡਾ ਮਾਫੀਆ, ਉਹਦੀ ਮੈਂ ਖੁਦ ਸ਼ਿਕਾਰ ਹੋ ਚੁੱਕੀ ਹਾਂ। ਮੇਰੇ ਖੁਦ ਮਤਲਬ, ਔਰ ਸਾਡੇ ਜਿਹੜੇ ਉੱਥੇ ਹੁਣ ਨਵਾਂ ਯੂਥ ਆ ਗਿਆ ਨਾ, ਭਤੀਜੇ ਭਤੀਜੀਆਂ, ਉਹ ਕਹਿੰਦੇ ਨੇ ਇਹਨੂੰ ਲਟਕਾਈ ਜਾਓ, ਜਿੱਦਣ ਚਲੇ ਗਏ ਭੂਆ ਜੀ ਮਾਮਾ ਜੀ ਚਾਚਾ ਜੀ, ਇਹਨਾਂ ਦੇ ਬੱਚਿਆਂ ਨੇ ਕਿਹੜਾ ਆ ਕੇ ਲੜਨਾ ਹੈ, ਸਾਡੀ ਆ ਪ੍ਰੋਪਰਟੀ। ਦੇਖੋ, ਇਲਾਜ ਨਾਲੋਂ ਪਰਹੇਜ਼ ਚੰਗਾ। ਆਪਣੇ NRI ਨੂੰ ਚਾਹੀਦਾ ਵੀ ਜੇ ਤੁਸੀਂ ਮਤਲਬ ਉੱਥੇ ਹੁੰਦਿਆਂ ਹੀ ਆਪਣੀ ਪਹਿਲਾਂ ਜ਼ਮੀਨ ਦੀ ਤਕਸੀਮ ਜਿਹੜੀ ਆ ਉਹ ਕਰਾਓ। ਜਦੋਂ ਆਪਣੇ ਇੰਡੀਵਿਜੁਅਲ ਆਪਣੇ ਨਾਮ ਹੋ ਜਾਂਦੀ ਆ, ਫਿਰ ਉਹਦੇ ਆਪਾਂ ਖਾਨਾ ਮਾਲਕੀ 'ਚ ਆ ਜਾਂਦੇ ਹਾਂ, ਖਾਨਾ ਕਾਸ਼ਤ ਦੇ ਵਿੱਚ ਆ ਜਾਂਦੇ ਹਾਂ। ਸਾਨੂੰ ਜੇ ਨਾਲ ਨਾਲ ਐਜੂਕੇਟ ਕਰਨਾ ਪੈਣਾ ਕਿ ਇਸ ਸਿਸਟਮ ਦੇ ਵਿੱਚ ਕਿ ਜਿਹੜੇ ਇੰਡੀਆ 'ਚ ਪੰਜਾਬ 'ਚ ਲੋਕ ਬੈਠੇ ਸਪੈਸ਼ਲੀ, ਕਿ NRI ਦੀਆਂ ਮਿਹਰਬਾਨੀ ਕਰਕੇ ਇਸ ਕਰਕੇ ਕਰ ਰਿਹਾ ਕਿ NRI ਨਾਲ ਧੱਕਾ ਨਾ ਕਰੋ। 20-30 This is Anju Sharma, your host with NRI.com. Last Saturday, ਤੁਹਾਨੂੰ ਮਿਲੇ ਸੀ, ਇੱਕ ਨਵਾਂ ਟੌਪਿਕ ਅਸੀਂ ਲੈ ਕੇ ਆਏ ਐਜੂਕੇਸ਼ਨ ਤੇ। ਐਜੂਕੇਸ਼ਨ ਅਸੀਂ ਡਿਸਕਸ ਕੀਤੀ ਕਿ ਬੁੱਕਸ ਦੀ ਐਜੂਕੇਸ਼ਨ ਜਾਂ ਡਿਗਰੀਜ਼ ਦੀ ਐਜੂਕੇਸ਼ਨ ਦੀ ਇੰਪੋਰਟੈਂਸ ਓਨੀ ਨਹੀਂ ਹੁੰਦੀ ਜਿੰਨੀ ਕਿ ਅਵੇਅਰਨੈਸ ਦੀ ਡਿਸਕ ਹੁੰਦੀ ਹੈ। ਗੈਰੀ ਜੀ ਨੇ ਮਿਸ਼ਨ ਸ਼ੁਰੂ ਕੀਤਾ, 6 ਕੰਟਰੀਆਂ ਵਿੱਚ ਇਹਨੂੰ ਲੈ ਗਏ, ਔਰ ਮਿਸ਼ਨ ਸ਼ੁਰੂ ਹੋਇਆ ਸੀ ਕਿ ਜਿਹੜੋ NRIs ਇੰਡੀਆ ਵਿੱਚ ਜਾਂਦੇ ਉਹਨਾਂ ਨੂੰ ਬੜੀ ਸਟਰਗਲ ਕਰਨੀ ਪੈਂਦੀ, ਖਾਸ ਕਰਕੇ ਮੈਡੀਕਲ ਤੇ। ਗੈਰੀ ਜੀ ਨੂੰ ਆਪਣੇ ਬੜੇ ਐਕਸਪੀਰੀਅੰਸ ਹੈ, ਮੈਨੂੰ ਵੀ ਬੜੇ ਐਕਸਪੀਰੀਅੰਸ ਹੈ, ਤੁਹਾਨੂੰ ਸਾਰਿਆਂ ਨੂੰ ਬੜੇ ਐਕਸਪੀਰੀਅੰਸ ਹੈ ਕਿ ਜਦੋਂ ਵੀ ਅਸੀਂ ਇੰਡੀਆ ਜਾਂਦੇ ਹਾਂ ਸਾਨੂੰ ਕੋਈ ਨਾ ਕੋਈ ਥੋੜ੍ਹਾ ਜਿਹਾ ਦਿਮਾਗ 'ਚ ਡਰ ਹੁੰਦਾ, ਬਿਮਾਰ ਨਾ ਹੋ ਜਾਏ, ਸਾਡਾ ਬੈਂਕ ਦਾ ਕੰਮ ਹੋ ਜਾਏ, ਸਾਡੀ ਪ੍ਰੋਪਰਟੀ ਦਾ ਕੰਮ ਹੋ ਜਾਏ, ਹਮੇਸ਼ਾ ਅਸੀਂ ਸਟਰਗਲ 'ਚ ਰਹਿੰਦੇ। ਫਿਰ ਉੱਥੇ ਜਾ ਕੇ ਇੱਧਰ ਜਾਓ ਉੱਧਰ ਜਾਓ, ਜਦ ਤੱਕ ਅਸੀਂ ਆਪਣੇ ਕਿਸੇ ਵੀ ਪ੍ਰੋਬਲਮ ਦੀ ਮਾੜੀ ਜੀ ਸਾਡੀ ਪ੍ਰੋਗਰੈਸ ਹੁੰਦੀ ਹੈ, ਨਾਲ ਹੀ ਸਾਡੀ ਟਿਕਟ ਕਹਿੰਦੀ ਹੈ ਚਲੋ ਜੀ ਹੁਣ ਵਾਪਸ ਜਾਣ ਦਾ ਟਾਈਮ ਹੋ ਗਿਆ, ਸਾਡੀਆਂ ਜੌਬਸ ਨੇ, ਫੈਮਲੀਜ਼ ਨੇ, ਕਮਿਟਮੈਂਟਸ ਨੇ, ਕਿੰਨੀ ਦੇਰ ਬੈਠੇ ਰਹਾਂਗੇ। ਤੇ ਗੈਰੀ ਜੀ ਨੇ ਇਹ ਮਿਸ਼ਨ ਸ਼ੁਰੂ ਕੀਤਾ ਕਿ ਅਸੀਂ ਮੈਡੀਕਲ ਅਸਿਸਟੈਂਟ ਲੋਕਾਂ ਨੂੰ ਦੇਣੀ, ਕਿਉਂਕਿ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜਦੋਂ ਤੁਸੀਂ ਟਰੈਵਲ ਕਰ ਰਹੇ ਹੋ ਤੁਹਾਡੀ ਸਿਹਤ ਖਰਾਬ ਹੋ ਗਈ ਤਾਂ ਤੁਹਾਡਾ ਟ੍ਰਿਪ ਖਰਾਬ ਹੋ ਗਿਆ, ਅੱਗੇ ਜਾਣ ਦਾ ਦਿਲ ਨਹੀਂ ਕਰਦਾ। ਫਿਰ ਇਹਨਾਂ ਨੇ ਬੜੇ ਹਸਪੀਟਲਸ ਦੇ ਨਾਲ ਟਾਈ ਅਪ ਕੀਤਾ ਹੈ, ਬੜੇ ਡਾਕਟਰਸ ਬੋਰਡ ਤੇ ਆਏ ਨੇ, ਬੜੇ ਲਾਇਰਸ ਬੋਰਡ ਤੇ ਆਏ ਨੇ। ਇੱਕ ਅਸੀਂ ਥੋੜੇ ਹਫਤੇ ਪਹਿਲੇ ਇੱਕ NRI ਨਾਲ ਗੱਲ ਕਰ ਰਹੇ ਸੀ, ਉਹਨਾਂ ਦੀ ਇੱਕ ਬਹੁਤ ਬੜੀ ਪ੍ਰੋਬਲਮ ਸੀ ਔਰ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਮੈਂ ਕਿਹਦੇ ਨਾਲ ਗੱਲ ਕਰਾਂ। ਤੇ ਉਹਨਾਂ ਨੇ ਇੰਗਲੈਂਡ ਵਿੱਚ ਜਦੋਂ ਦਰਸ਼ਨ ਸਿੰਘ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਇੱਕਦਮ ਉਹਨਾਂ ਨੂੰ ਗੈਰੀ ਜੀ ਨਾਲ ਕਨੈਕਟ ਕੀਤਾ ਕਿ ਅਗਰ ਤੁਹਾਡੀ ਪ੍ਰੋਬਲਮ ਕਿਤੇ ਸੋਲਵ ਹੋ ਸਕਦੀ ਹੈ ਤੇ ਤੁਸੀਂ ਇਹ ਜਿਹੜਾ ਸਾਡਾ NRIs ਲਈ ਚੈਨਲ ਹੈ ਇਹ ਤੁਹਾਨੂੰ ਬਿਲਕੁਲ ਠੀਕ ਗਾਈਡ ਕਰੇਗਾ। ਉਹਦੇ ਵਿੱਚ ਕੋਈ ਨਹੀਂ ਹੈ ਕਿ ABCD ਦੇ ਥਰੂ ਜਾਣਾ ਪਏਗਾ ਔਰ ਉਹਦੇ ਵਿੱਚ ਤੁਹਾਨੂੰ ਪੈਸੇ ਵੀ ਦੇਣੇ ਪੈਣਗੇ, ਮਿਸਗਾਈਡਡ ਨਹੀਂ। ਇਹ ਚੈਨਲ ਤੁਹਾਨੂੰ ਬਿਲਕੁਲ ਠੀਕ ਲੋਕਾਂ ਦੇ ਨਾਲ ਕਨੈਕਟ ਕਰਕੇ ਤੁਹਾਡੀ ਪ੍ਰੋਬਲਮ ਨੂੰ ਸੋਲਵ ਕਰੇਗਾ। ਪ੍ਰੋਬਲਮ ਕੀ ਸੀ? ਪ੍ਰੋਪਰਟੀ ਦੀ। ਜਿਸ ਜੋਰਾ ਸਿੰਘ ਜੀ ਹੈਗੇ ਇੰਡੀਆ 'ਚ ਇੰਨੀ ਸਟਰੋਂਗ ਟੀਮ ਬਣਾਤੀ ਕਿ ਹੁਣ ਸਾਡੇ ਕੋਲ ਆਲਮੋਸਟ 30 ਪੀਪਲ ਆਲ ਓਵਰ ਦਾ ਵਰਲਡ ਇੱਕ ਆਰਬੀਟ੍ਰੇਸ਼ਨ ਟੀਮ ਬਣ ਗਈ ਹੈ। ਉਹ ਕੋਈ ਕਿਸੇ ਦਾ ਟਾਈਮ ਨਹੀਂ ਹੈਗਾ ਕਿਸੇ ਕੋਲ ਕਿ ਅਸੀਂ ਬੈਠ ਕੇ ਉਹ ਆਰਬੀਟ੍ਰੇਸ਼ਨ ਟੀਮ ਦਾ ਨਾਮ ਕਰੀਏ ਜਾਂ ਕੁਛ, ਨਹੀਂ।
ਉਹਦਾ ਇੱਕ ਮਿਸ਼ਨ ਹੈ ਐਨਆਰਆਈ ਟੀਮ ਦੇ ਸਾਹਮਣੇ, ਐਨਆਰਆਈ ਪ੍ਰੈਸ ਹੈ, ਜਰਨਲਿਸਟ ਟੀਮ ਹੈ, ਬੜੀ ਸਟਰੋਂਗ ਟੀਮ ਹੈ, ਔਰ ਅਸੀਂ ਇੰਨੇ ਪ੍ਰੋਬਲਮ ਸੋਲਵ ਕਰ ਚੁੱਕੇ ਹਾਂ ਪ੍ਰਾਪਰਟੀਜ਼ ਦੇ। ਅੱਜ ਅਸੀਂ ਡਿਸਕਸ ਕਰਾਂਗੇ ਕਿ ਜਿਹੜੀਆਂ ਪ੍ਰਾਪਰਟੀਜ਼ ਅਸੀਂ ਇੰਡੀਆ ਵਿੱਚ ਛੱਡ ਆਏ ਹਾਂ ਜਾਂ ਅਸੀਂ ਖੁਦ ਬਣਾਈਆਂ, ਉਹ ਅਸੀਂ ਆਪਣੇ ਨਾਮ ਨਹੀਂ ਬਣਾਉਂਦੇ, ਭੈਣ ਭਰਾਵਾਂ ਦੇ ਨਾਮ ਬਣਾ ਦਿੰਦੇ ਹਾਂ, ਪੇਰੈਂਟਸ ਦੇ ਨਾਮ ਬਣਾ ਦਿੰਦੇ ਹਾਂ, ਉਹਦੇ ਤੇ ਲੱਖਾਂ ਕਰੋੜਾਂ ਰੁਪਈਏ ਲਾ ਦਿੰਦੇ। ਤੁਸੀਂ ਦੇਖਿਆ ਹੋਣਾ ਪਿੰਡਾਂ ਵਿੱਚ ਲੋਕਾਂ ਨੇ ਸਵਿਮਿੰਗ ਪੂਲ ਬਣਾ ਦਿੱਤੇ ਘਰਾਂ 'ਚ, ਪਰ ਜਦੋਂ ਉਹੀ ਪ੍ਰਾਪਰਟੀ ਸਾਡੇ ਪੇਰੈਂਟਸ ਦੀ ਡੈਥ ਹੋ ਜਾਂਦੀ ਹੈ ਜਾਂ ਉਹ ਲਾਈਫ ਵੀ ਹੁੰਦੇ ਆ, ਇੰਨਾ ਪ੍ਰੈਸ਼ਰ ਹੁੰਦਾ ਤੁਹਾਡੇ ਕੋਲ, ਬੜਾ ਪੈਸਾ ਤੁਹਾਨੂੰ ਨਹੀਂ ਲੋੜ, ਪਰ ਇਸ ਤਰ੍ਹਾਂ ਥੋੜ੍ਹਾ ਨਾ ਹੁੰਦਾ। ਇੱਕ ਇਮੋਸ਼ਨਲ ਅਟੈਚਮੈਂਟ ਹੁੰਦੀ ਹੈ, ਇੱਕ ਫਾਈਨੈਂਸ਼ੀਅਲ ਸੈਕਰੀਫਾਈਸ ਹੁੰਦਾ ਹੈ, ਕਿੰਨੇ ਟ੍ਰਿਪਸ ਅਸੀਂ ਮਾਰਦੇ ਹਾਂ, ਤੇ ਉਹ ਜਦੋਂ ਪ੍ਰਾਪਰਟੀਜ਼ ਤੇ ਸਾਡਾ ਕਲੇਮ ਨਹੀਂ ਰਹਿੰਦਾ, ਉੱਥੇ ਜਾ ਕੇ ਸਾਡੇ ਕੋਲ ਟਾਈਮ ਹੀ ਨਹੀਂ ਕਿ ਅਸੀਂ ਵਕੀਲਾਂ ਨਾਲ ਲੜੀਏ, ਪੁਲਿਸ ਨਾਲ ਲੜੀਏ, ਸਾਰਾ ਸਿਸਟਮ ਮਿਲਿਆ ਹੋਇਆ ਐਨਆਰਆਈਜ਼ ਦੇ ਅਗੇਂਸਟ, ਕਿ ਇਹਨਾਂ ਕੋਲ ਟਾਈਮ ਹੈ ਨਹੀਂ, ਇੱਥੋਂ ਪੈਸੇ ਲੈ ਲਓ, ਇੱਥੇ ਪੈਸੇ ਲੈ ਲਓ, ਆਹ ਫਾਰਮ ਭਰਾ ਲਓ, ਆਹ ਫਾਰਮ ਭਰਾ ਲਓ, ਲੇਕਿਨ ਸੋਲਿਊਸ਼ਨ ਜ਼ੀਰੋ। ਇਸ ਲਈ ਇਹ ਟੀਮ ਨੇ ਇੱਕ ਇੰਨਾ ਵੱਡੀ ਰਿਸਪੋਂਸਿਬਿਲਟੀ ਲਈ ਹੈ ਕਿ ਕੋਈ ਵੀ ਐਨਆਰਆਈ ਜਦੋਂ ਇੰਡੀਆ ਜਾਏਗਾ, ਆਪਣੇ ਪੇਰੈਂਟਸ ਦੀ ਪ੍ਰਾਪਰਟੀ ਹੈ, ਇਨਹੈਰਿਟਿਡ ਹੈ ਜਾਂ ਸੈਲਫ ਮੇਡ ਹੈ, ਅਗਰ ਉਹਦਾ ਤੁਸੀਂ ਕੋਈ ਵੀ ਲੀਗਲ ਕੰਮ ਕਰਨਾ ਹੈ, ਉਹਨੂੰ ਵੇਚਣਾ ਹੈ ਜਾਂ ਕਿਸੇ ਦੇ ਨਾਮ ਟ੍ਰਾਂਸਫਰ ਕਰਨਾ ਹੈ ਜਾਂ ਤੁਸੀਂ ਕੋਈ ਨਵੀਂ ਪ੍ਰਾਪਰਟੀ ਵੀ ਖਰੀਦਣੀ ਹੈ, ਉਹਦੇ ਵਿੱਚ ਇੱਕ ਟੀਮ ਇਨਵੋਲਵ ਹੋਏਗੀ ਜਿਹੜੀਆਂ ਤੁਹਾਡੀ ਹਰ ਪ੍ਰੋਬਲਮ ਦੀ ਸੋਲਿਊਸ਼ਨ ਲੈ ਕੇ ਆਏਗੀ। ਮੇਰੇ ਨਾਲ ਅੱਜ ਬੜੇ ਐਕਸਪੀਰੀਅੰਸ ਲੋਕ ਬੈਠੇ ਨੇ ਜਿਨ੍ਹਾਂ ਦਾ ਬੜਾ ਅੱਛਾ ਐਕਸਪੀਰੀਅੰਸ ਹੈ ਇੰਡੀਆ 'ਚ, ਬੜੀਆਂ ਅੱਛੀਆਂ ਰੂਟਸ ਹੈ ਔਰ ਹਾਲੇ ਵੀ ਵੈਲ ਕਨੈਕਟਿਡ ਹੈ। ਅਸੀਂ ਚਾਹਾਂਗੇ ਕਿ ਸਾਡਾ ਜਿਹੜਾ ਇਹ ਮਿਸ਼ਨ ਹੈ ਥਰੂ ਆਰਬਿਟ੍ਰੇਸ਼ਨ ਟੀਮ, ਜਿਹਦੇ 'ਚ ਅਸੀਂ ਐਨਆਰਆਈਜ਼ ਦੀ ਹੈਲਪ ਕਰਨੀ ਹੈ ਪ੍ਰਾਪਰਟੀਜ਼ ਦੇ ਮਾਮਲੇ ਵਿੱਚ, ਉਹਦੇ ਵਾਸਤੇ ਸਾਨੂੰ ਆਪਣੇ ਵਿਚਾਰ ਦੇਣ, ਆਪਣਾ ਐਂਗਲ ਦੇਣ, ਸਾਨੂੰ ਦੱਸਣ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ ਬੈਟਰ ਲਈ। ਔਰ ਹਰਪ੍ਰੀਤ ਜੀ ਸਾਰਿਆਂ ਨੂੰ ਇੰਟਰੋਡਿਊਸ ਕਰਨਗੇ ਔਰ ਗੈਰੀ ਜੀ ਸਾਨੂੰ ਥੋੜ੍ਹਾ ਡਿਟੇਲਸ ਦੇਣਗੇ ਕਿ ਇਸ ਮਿਸ਼ਨ ਵਿੱਚ ਐਕਚੁਅਲੀ ਕੌਣ ਕੌਣ ਇਨਵੋਲਵ ਨੇ, ਕਿਹੜੇ ਕਿਹੜੇ ਸਾਡੇ ਸਬਜੈਕਟਸ ਨੇ ਔਰ ਆਲਰੇਡੀ ਕਿੰਨੇ ਸਾਰੇ ਕੇਸਿਸ ਵਿੱਚ ਅਸੀਂ ਪ੍ਰੋਗਰੈਸ ਕਰ ਰਹੇ ਹਾਂ, ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਹਰਪ੍ਰੀਤ ਜੀ ਸਾਰਿਆਂ ਨੂੰ ਇੰਟਰੋਡਿਊਸ ਕਰੋ। ਔਰ ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਵੈਲਕਮ ਟੂ ਆਵਰ ਐਨਆਰਆਈ ਪ੍ਰੈਸ ਕਲੱਬ ਟੀਮ। ਸੋ ਫਸਟ ਆਫ ਆਲ ਮੈਂ ਇੰਟਰੋਡਿਊਸ ਕਰਦਾ ਜੀ, ਸਾਡੇ ਨਾਲ ਨੇ ਗੈਰੀ ਜੀ, ਮਾਸਟਰ ਡਿਗਰੀ ਇੰਜੀਨੀਅਰ ਨੇ ਔਰ ਇਹੀ ਐਨਆਰਆਈ ਪ੍ਰੈਸ ਨੂੰ ਸਰਵ ਕਰ ਰਹੇ ਤੇ ਲਾਸਟ 25 ਈਅਰ। ਸੋ ਇਹ ਲਾਸ ਏਂਜਲਸ ਤੋਂ ਬਿਲੋਂਗ ਕਰਦੇ ਜੀ, ਗੁਰਜੰਟ ਸਿੰਘ ਚਾਲ ਜੀ, ਇਹ ਸਬ ਇੰਸਪੈਕਟਰ ਰਹਿ ਚੁੱਕੇ ਨੇ ਔਰ ਇਹ ਹੁਣ ਮਰੀਨੋ ਵੈਲੀ ਕੈਲੀਫੋਰਨੀਆ ਦੇ ਵਿੱਚ ਬਿਲੋਂਗ ਕਰਦੇ ਨੇ। ਸਾਡੇ ਨਾਲ ਗੁਰਪਾਲ ਤਾਤਲਾ ਜੀ ਨੇ, ਇਹ ਵੀ MSc ਟੀਚਰ ਨੇ ਔਰ ਇੱਥੇ ਵੀ ਸਰਵ ਕਰਦੇ ਨੇ, ਪ੍ਰੈਸ ਦੇ ਵਿੱਚ ਵੀ ਸਰਵ ਕਰਦੇ ਨੇ, ਇਹ ਲਾਸ ਏਂਜਲਸ ਕੈਲੀਫੋਰਨੀਆ ਦੇ। ਸਾਡੇ ਨਾਲ ਬਹੁਤ ਹੀ ਐਕਸਪੀਰੀਅੰਸ ਸਰਦਾਰ ਪ੍ਰੀਤਮ ਸਿੰਘ ਜੀ ਨੇ, ਸੋ ਇਹਨਾਂ ਨੂੰ ਪੋਲੀਟੀਕਲੀ ਔਰ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਔਰ ਬਹੁਤ ਹੀ ਐਕਸਪੀਰੀਅੰਸ ਨੇ, ਇਹ ਬਿਲੋਂਗ ਕਰਦੇ ਜੀ ਇੰਡੀਆ ਤੋਂ। ਸੋ ਅੱਜ ਦਾ ਜਿਹੜਾ ਬੜਾ ਇੰਪੋਰਟੈਂਟ ਟੌਪਿਕ ਹੈ ਵੀ ਐਨਆਰਆਈਜ਼ ਦੀ ਪ੍ਰੋਪਰਟੀ ਨੂੰ ਆਪਾਂ ਕਿੱਦਾਂ ਅੱਗੇ ਜਿਹੜਾ ਉਹਨਾਂ ਨੂੰ ਕਿੱਦਾਂ ਐਜੂਕੇਟਡ ਕਰ ਸਕਦੇ ਹਾਂ, ਆਪਣੀ ਪ੍ਰੋਪਰਟੀਜ਼ ਨੂੰ ਕਿਸ ਤਰ੍ਹਾਂ ਉਹਨਾਂ ਨੇ ਤਰੀਕੇ ਨਾਲ ਲੈਣਾ ਔਰ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪ੍ਰੋਪਰਟੀ ਨੂੰ ਕਿੱਦਾਂ ਬਚਾਉਣਾ। ਸੋ ਫਸਟ ਆਫ ਆਲ ਬੜੀ ਇੱਕ ਇੰਪੋਰਟੈਂਟ ਗੱਲ ਹੁੰਦੀ ਹੈ ਵੀ ਜਦੋਂ ਵੀ ਕੋਈ ਐਨਆਰਆਈਜ਼ ਜਾਂਦਾ ਹੈ ਉਹਦੀ ਸਭ ਤੋਂ ਇੰਪੋਰਟੈਂਟ ਗੱਲ ਹੈ ਪਾਵਰ ਆਫ ਅਟਾਰਨੀ। ਜਿਹੜੀ ਉਹ ਪਾਵਰ ਆਫ ਅਟਾਰਨੀ ਦਿੰਦਾ ਹੈ ਉਹ, ਕਿਉਂਕਿ ਮੋਸਟਲੀ ਸਾਡੇ ਲੋਕ ਇਹੀ ਕਰਦੇ ਨੇ ਵੀ ਤੁਸੀਂ ਇੱਕ ਵਿਸ਼ਵਾਸ ਹੁੰਦਾ ਔਰ ਤੁਸੀਂ ਸਾਈਨ ਕਰਾ ਲਓ, ਜਿਹਦੀ ਮਰਜ਼ੀ ਚੀਜ਼ ਤੇ ਸਾਈਨ ਕਰਾ ਲਓ, ਔਰ ਉਹ ਸਾਈਨ ਹੀ ਉਹਨਾਂ ਨੂੰ ਜਿਹੜੀ ਲਾਈਫ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਹੋ ਜਾਂਦੀ ਹੈ, ਕਿਉਂਕਿ ਸਾਡੀ
ਅਸੀਂ ਪੜ੍ਹਦੇ ਨਹੀਂ ਆ ਵੀ ਉਹਦੇ ਵਿੱਚ ਲਿਖਿਆ ਕੀ ਹੈ, ਉਹ ਅਟੋਰਨੀ ਕਿਸ ਬਾਬਤ ਹੈ ਔਰ ਅਟੋਰਨੀ ਦੀ ਅੱਗੇ ਜਿਹੜੀ ਵਰਤੋਂ ਕਿਸ ਤਰ੍ਹਾਂ ਹੋਣੀ ਹੈ। ਸੋ ਅਟੋਰਨੀ ਜਦੋਂ ਵੀ ਕੋਈ ਬਣਦੀ ਆ, ਆਪਣੇ ਰਿਸ਼ਤੇਦਾਰ ਨੂੰ ਦੇਣੀ ਆ, ਆਪਣੇ ਸਕੇ ਸੰਬੰਧੀ ਨੂੰ ਦੇਣੀ ਆ, ਤੁਸੀਂ ਜਿਹਨੂੰ ਵੀ ਦੇਣੀ ਆ, ਉਹ ਅਟੋਰਨੀ ਨੂੰ ਜ਼ਰੂਰ ਪੂਰਾ ਫੁੱਲ ਫਲੈਸ਼ ਪੜ੍ਹੋ। ਜੇ ਨਹੀਂ ਪੜ੍ਹ ਸਕਦੇ ਤਾਂ ਉਹਦੇ ਬਾਰੇ ਸਾਰੀ ਜਾਣਕਾਰੀ ਲਿਆਓ, ਉਹਦੇ ਉੱਤੇ ਫਿਰ ਸਾਈਨ ਕਰੋ। ਔਰ ਉਹਦੇ ਕੁਛ ਲਈ ਸਾਡੀ ਅਟੋਰਨੀ ਟੀਮ ਬਣੀ ਹੈ ਜੀ, ਤੁਹਾਡੀ ਹੈਲਪ ਕਰਨ ਲਈ। ਕੁਛ ਕੁਛ ਹਾਂ ਠੀਕ ਅਟੋਰਨੀਆਂ ਇਹੋ ਹੈ, ਜੀਆਂ ਹੁੰਦੀਆਂ ਨੇ ਵੀ ਜਿਹਦੇ 'ਚ ਸਿਰਫ ਅਸੀਂ ਆਪਣੇ ਆਪ ਨੂੰ ਅਗਲੇ ਨੂੰ ਦੇ ਦਿੰਦੇ ਹਾਂ ਵੀ ਤੁਸੀਂ ਦੇਖਭਾਲ ਹੀ ਕਰਨੀ, ਆਪਣੀ ਸਿਰਫ ਸਾਂਭ ਸੰਭਾਲ ਵਾਸਤੇ ਦੇ, ਆਪਣੀ ਵੱਲੋਂ ਤੁਸੀਂ ਸਾਂਭ ਸੰਭਾਲ ਵਾਲੇ ਦਿੱਤੀ, ਲੇਕਿਨ ਹੁੰਦਾ ਕੀ ਆ ਉਹ ਪ੍ਰਾਪਰਟੀ ਦੇ ਵਿੱਚ ਅਗਲਾ ਤੁਹਾਡਾ ਸਾਰਾ ਹੀ ਲੈ ਜਾਂਦਾ ਵੀ ਮੈਂ ਇਹਦੀ ਸਾਂਭ ਵੀ ਕਰਾਂਗਾ, ਇਹਨੂੰ ਆਪਣੇ ਕੋਲ ਰੱਖਾਂਗਾ, ਜਦੋਂ ਮੈਨੂੰ ਲੋੜ ਪਈ ਮੈਂ ਸੈਲ ਵੀ ਕਰ ਦਾਂਗਾ। ਔਰ ਸੈਕੰਡ ਗੱਲ ਇਹ ਆਉਂਦੀ ਆ ਵੀ ਅਸੀਂ ਆਪਣੀ ਪ੍ਰਾਪਰਟੀ ਜੇ ਉੱਥੇ ਰੱਖ ਵੀ ਆਉਂਦੇ ਹਾਂ ਜਾਂ ਦੇ ਵੀ ਆਉਂਦੇ ਹਾਂ ਤਾਂ ਉਹਨੂੰ ਵਾਚ ਨਹੀਂ ਕਰਦੇ ਮਗਰ ਜਾ ਕੇ ਵੀ ਸਾਡੀ ਪ੍ਰਾਪਰਟੀ ਦਾ ਅਸਲ ਓਨਰ ਅਸੀਂ ਹਾਂ। ਜੇ ਕੋਈ ਪ੍ਰਾਪਰਟੀ ਦੇ ਕਿਸੇ ਦੀ ਜ਼ਮੀਨ ਦੀ ਪ੍ਰਾਪਰਟੀ ਆ ਤਾਂ ਉਹਨੂੰ ਆਪਣੇ ਹਰ ਸਾਲ ਜਿਹੜੀ ਆਪਣੀ ਫਰਜ਼ ਕਢਾ ਕੇ ਦੇਖਣੀ ਚਾਹੀਦੀ ਆ ਵੀ ਮੇਰਾ ਖਾਨਾ ਕਾਸਤ ਦੇ ਵਿੱਚ ਐਜ਼ ਏ ਓਨਰ ਨਾਮ ਬੋਲਦਾ ਕਿ ਨਹੀਂ ਬੋਲਦਾ, ਔਰ ਉਹਦਾ ਓਨਰਸ਼ਿਪ ਜਿਹੜੀ ਉਹ ਰਹਿਣੀ ਜ਼ਰੂਰੀ ਆ। ਖਾਨਾ ਨੰਬਰ 9 ਜਮ੍ਹਾਂਬੰਦੀ ਦੇ ਵਿੱਚ ਉਹਦਾ ਨਾਂ ਜਿਹੜਾ ਇੰਟੈਚ ਹੈਗਾ। ਕਾਸ਼ਤਕਾਰ ਚਾਹੇ ਚੇਂਜ ਹੁੰਦੀ ਆ ਪਰ ਉਹਦੀ ਕਾਸ਼ਤਕਾਰ ਸਿਰਫ ਅਸੀਂ ਇਹ ਵੀ ਦੇਖਣਾ ਵੀ ਉਹ ਕਿਹੜੇ ਪਰਪਸ ਤੇ ਚੇਂਜ ਹੋਈ ਆ, ਉਹਨੂੰ ਤੁਸੀਂ ਆਪਣੇ ਆਪ ਨੂੰ ਅਪਡੇਟ ਕਰਨ ਵਾਸਤੇ ਹਰ ਚੀਜ਼ ਤੁਹਾਨੂੰ ਆਪਣੀ ਓਨਰਸ਼ਿਪ ਤੋਂ ਹਰ ਸਾਲ ਜਿਹੜਾ ਉਹ ਅਪਡੇਟ ਕਰਨਾ ਪਊਗਾ, ਜਿੱਦਾਂ ਕਿ ਅਸੀਂ ਇੱਥੇ ਆਪਣੇ ਸਿਸਟਮ ਨੂੰ ਕਰਦੇ ਹਾਂ। ਥਰਡ ਗੱਲ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ। ਥਰਡ ਗੱਲ ਹੁਣ ਜਿਹੜੇ ਵੀ ਡਿਸਪਿਊਟਸ ਆ ਰਹੇ ਨੇ ਇਸੇ ਉਹਨਾਂ ਦੇ ਵਿੱਚ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਕਿਸੇ ਐਨਆਰਆਈ ਨੂੰ ਪ੍ਰੋਟੈਕਟ ਕਰ ਸਕੀਏ, ਉਹਦੇ ਕਰਕੇ ਇੱਕ ਸਾਡੀ ਟੀਮ ਨੇ ਆਰਬਿਟ੍ਰੇਸ਼ਨ ਬਣਾਇਆ। ਆਰਬਿਟ੍ਰੇਸ਼ਨ ਦੇ ਵਿੱਚ ਬਹੁਤ ਹੀ ਉੱਗੇ ਸਿਆਣੇ ਔਰ ਹੰਡੇ ਜਿਸ ਜੱਜ ਸਾਹਿਬ ਨੇ, ਹਾਈ ਕੋਰਟ ਦੇ ਜੱਜ ਸਾਹਿਬ ਨੇ, ਰਿਟਾਇਰਡ ਸੈਸ਼ਨ ਜੱਜ ਨੇ ਔਰ ਆਫਿਸਰ ਨੇ ਈਡੀ ਦੇ ਔਰ ਇੰਜੀਨੀਅਰਸ ਨੇ, ਗੈਰੀ ਜੀ ਨੇ ਔਰ ਬਹੁਤ ਸਾਰੇ ਨੇ। ਅਸੀਂ ਕੋਸ਼ਿਸ਼ ਇਹ ਕੀਤੀ ਆ ਉਹਦੇ ਵਿੱਚ ਵੀ ਜੇ ਕਿਸੇ ਪ੍ਰੋਟੈਕਟ ਜਿੱਦਾਂ ਵੀ ਕੋਈ ਐਨਆਰਆਈਜ਼ ਦੀ ਆ ਉੱਥੇ ਪ੍ਰਾਪਰਟੀਜ਼ ਹੋਲਡ ਹੋ ਗਈਆਂ, ਅਸੀਂ ਕਿਸੇ ਤਰੀਕੇ ਨਾਲ ਉਹਨਾਂ ਦੀਆਂ ਪ੍ਰਾਪਰਟੀਜ਼ ਤੋਂ ਉਹਨਾਂ ਦਾ ਜਿਹੜਾ ਸੋਲਵ ਕਰ ਸਕੀਏ ਔਰ ਉਹਨਾਂ ਨੂੰ ਦੇ ਸਕੀਏ। ਸੋ ਇਹ ਸਾਡੀ ਕੋਸ਼ਿਸ਼ ਰਹੇਗੀ ਵੀ ਅਸੀਂ ਐਨਆਰਆਈ ਨੂੰ ਪ੍ਰੋਟੈਕਟ ਕਰਨਾ ਹੈ ਔਰ ਐਨਆਰਆਈ ਨੂੰ ਕੋਈ ਵੀ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਆਉਂਦੀ ਆ, ਅਸੀਂ ਇੱਕ ਮੋਹਾਲੀ ਦੇ ਵਿੱਚ ਆਫਿਸ ਵੀ ਖੋਲਿਆ, ਉਹਦੇ 'ਚ ਆਪਾਂ ਫੋਨ ਨੰਬਰ ਵੀ ਲਾਂਚ ਕਰ ਦਿਆਂਗੇ ਔਰ ਉਹਦੇ ਨਾਲ ਕੋਈ ਵੀ ਕਿਸੇ ਨਾਲ ਕਿਸੇ ਦੀ ਕੋਈ ਵੀ ਪ੍ਰੋਬਲਮ ਹੈ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ। ਸੋ ਸੈਕੰਡ ਥੈਂਕ ਯੂ ਸੋ ਮੱਚ। ਸੋ ਮੈਂ ਅੱਗੇ ਫਾਰਵਰਡ ਕਰਦਾ ਜੀ ਗੈਰੀ ਜੀ ਨੂੰ। ਸੋ ਸਰ ਗੈਰੀ ਜੀ ਗੋ ਹੈਡ ਸਰ। ਥੈਂਕ ਯੂ ਜੀ ਅੰਜੂ ਸ਼ਰਮਾ ਜੀ ਔਰ ਹਰਪ੍ਰੀਤ ਜੀ, ਬੜੇ ਅੱਛੇ ਤਰੀਕੇ ਨਾਲ ਤੁਸੀਂ ਆਊਟਲਾਈਨ ਸਾਰੀਆਂ ਦੇਤੀਆਂ ਨੇ, ਮੈਂ ਜ਼ਿਆਦਾ ਨਹੀਂ ਜਾਵਾਂਗਾ। ਬਾਕੀ ਐਕਚੁਅਲੀ ਨਿਊਜ਼ ਮੀਡੀਏ ਨੂੰ ਲਿਆਉਣ ਦੀ ਖਾਤਰ ਐਨਆਰਏ ਪ੍ਰੈਸ, ਇਹ ਵੀ ਮੈਨੂੰ ਇਹਨਾਂ ਕੰਮਾਂ ਚੋਂ ਨਿਕਲ ਕੇ ਮੈਨੂੰ ਇਹ ਚਲਾਉਣਾ ਪਿਆ ਸੀਗਾ ਐਜ਼ ਏ ਪ੍ਰੋਫੈਸ਼ਨਲ ਇੰਜੀਨੀਅਰ। ਇਹ ਸਾਰੇ ਬਾਕੀ ਹਰਪ੍ਰੀਤ ਜੀ ਲਾਹੌਰ ਨੇ, ਇਹਨਾਂ ਨੇ ਤਾਂ ਹੀ ਕੋਸ਼ ਕੀਤੀ ਆ ਪਹਿਲਾਂ ਮੈਨੂੰ ਕਵਰ ਕਰਨਾ ਸੀ, ਇਹਨਾਂ ਨੇ ਬਹੁਤ ਸੋਹਣਾ ਕਰਤਾ ਮੇਰੇ ਨਾਲ ਬੈਟਰ ਕੀਤਾ ਕਿ ਅਬਿਊਜ਼ ਆਫ ਪਾਵਰ ਆਫ ਟਰਨੀ, ਜਿਹੜੀ ਅਬਿਊਜ਼ ਹੁੰਦਾ ਸਿਸਟਮ ਉਹ ਤੋਂ ਬਚਣਾ ਹੈਗਾ ਹਮੇਸ਼ਾ, ਠੀਕ ਕਰਤਾ ਹੈਗਾ ਦੈਟਸ ਏ ਫਾਈਨ। ਬਾਕੀ ਸਾਡੇ ਕੋਲੇ ਜਿਹੜੇ ਫੋਰਜ ਡਾਕੂਮੈਂਟਸ ਬਣਾਉਂਦੇ ਨੇ ਲੋਕ, ਉਹਨਾਂ ਦਾ ਵੀ ਕੰਪਲੇਂਟਾਂ ਆਉਂਦੀਆਂ ਨੇ, ਉਹਨੂੰ ਵੀ ਅਸੀਂ ਲੁੱਕ ਆਫਟਰ ਕਰਾਂਗੇ। ਦੂਏ ਨੇ ਤੀਏ ਨੰਬਰ ਤੇ ਟਾਈਮ ਬੜਾ ਘੱਟ ਹੁੰਦਾ ਐਨਆਰਏ ਕੋਲੇ, ਜਾਂਦੇ ਨੇ ਜਾ ਕੇ ਉਹਨੂੰ ਪਤਾ ਹੁੰਦਾ 2 ਮਹੀਨੇ ਦੇ ਵਿੱਚ ਮੇਰੇ 1.5 ਮਹੀਨੇ ਮੁੜ ਆਉਣਾ, ਸੋ ਇਸ ਕਰਕੇ ਉਹ ਵੀ ਬੜੀ ਪ੍ਰੋਬਲਮ ਹੈਗੀ ਆ। ਬਾਕੀ ਭੈਣ ਭਰਾਵਾਂ ਨੇ ਜ਼ਿਆਦਾ ਦੱਬੇ ਹੁੰਦੇ ਆ, ਪਰ ਸਾਡੇ ਕੋਲ ਜਿਹੜਾ ਇਹ ਅਸੀਂ ਸਟਾਰਟ ਕੀਤਾ
ਇਹ ਜ਼ਿਆਦਾ ਤੌਰ 'ਤੇ ਅਸੀਂ ਟੱਚ ਨਹੀਂ ਸੀ ਕਰਨਾ ਚਾਹੁੰਦੇ ਟੋਪਿਕ ਨੂੰ, ਕਿਉਂਕਿ ਆਹ ਦਾ ਨਿਊਜ਼ ਮੀਡੀਆ, ਵੀ ਆਰ ਡੂਇੰਗ ਮੈਡੀਕਲ ਟੂਰਿਜ਼ਮ, ਕਿਉਂਕਿ ਸਾਡੇ ਕੋਲ 180 ਬੰਦੇ ਮੈਡੀਕਲ ਟੂਰ ਦੇ ਵਿੱਚ ਅਟੈਚ ਨੇ, ਡਾਕਟਰ, ਡੈਂਟਿਸਟ, ਹੋਸਪਿਟਲ. ਸੋ ਉਹ ਅਸੀਂ ਉੱਥੇ ਬਹੁਤ ਟਾਈਮ ਲਾਇਆ 2-3 ਸਾਲ ਤੋਂ, ਤੋ ਉਹ ਚੀਜ਼ ਅਸੀਂ ਸੈਟਅਪ ਕਰ ਦਿੱਤੀ ਹੈਗੀ ਆ. ਹੁਣ ਜਦੋਂ ਇਹ ਕੰਮ ਚੱਲਿਆ ਤਾਂ ਮੇਰੇ ਸਾਡੇ ਲਈ ਚੈਲੰਜ ਸੀਗਾ, ਪਰ ਮੈਨੂੰ ਚੈਲੰਜ ਸਾਨੂੰ ਇੱਕ ਪੈਦਾ ਹੋ ਗਿਆ ਇੰਗਲੈਂਡ ਤੋਂ ਕਿ ਤੁਹਾਡਾ ਹੋਸਪਿਟਲ ਹੀ ਅਫਰੀਕਾ ਤੋਂ ਆਏ ਬੰਦਿਆਂ ਦਾ 3 ਮੰਜ਼ਿਲਾ ਮੰਜਾ, ਪਤਾ ਨਹੀਂ ਉਹ 20 ਕਰੋੜ ਦਾ, 50-100 ਕਰੋੜ ਦਾ ਹੋਏਗਾ. ਉਹ ਬੰਦਿਆਂ ਨੇ, ਉੱਥੇ ਦੇ ਲੋਕਲ ਬੰਦਿਆਂ ਨੇ, ਕੋਈ ਡਾਕਟਰਾਂ ਨੇ ਜਾਂ ਕੋਈ ਆਪਣੇ ਕੁਛ 2 ਵਕੀਲ ਨੇ, ਉਹਨਾਂ ਨੇ ਰਲ ਕੇ ਉਹਨਾਂ ਨੂੰ ਪੀਓ ਕਰਾਰ ਬਣਾਤਾ. ਦੇਖੋ 5 ਬੰਦੇ ਘਰ ਦੇ ਨੇ, ਉਹਨਾਂ ਨੂੰ 4 ਬੰਦਿਆਂ ਨੂੰ ਜਾਂ 3 ਬੰਦਿਆਂ ਨੂੰ ਪੀਓ ਹੀ ਕਰਾਤਾ, ਉਹਨਾਂ ਦੇ ਕੇਸ ਬਣਾ ਬਣਾ ਕੇ, ਬਿਨਾਂ ਹੀ ਮਤਲਬ ਤੋਂ ਓਲਡ ਬੰਦੇ ਆ. ਉਹ ਮੈਂ ਲੈ ਕੇ ਆਇਆ ਅਸੀਂ ਸਾਰਾ ਕੁਛ ਨੈਟਵਰਕ ਦੇ ਵਿੱਚ, ਗਾਹਾਂ ਨੂੰ ਉਹਨਾਂ ਨੂੰ ਵੀ ਲਾਉਂਦੇ. ਸੈਕੰਡਲੀ ਅਸੀਂ ਇਹਦੇ ਪ੍ਰੋਗਰਾਮ ਦੇ ਵਿੱਚ ਜਦੋਂ ਇਹਨੂੰ ਐਕਸਪੈਂਡ ਕਰਾਂਗੇ ਬੜੀ ਸੂਨ, ਤਾਂ ਆਫਿਸ ਦਾ ਜਾਂ ਦੂਸਰਾ ਹੈਗਾ ਜਿਹੜੇ ਇੰਡੀਆ 'ਚ ਬੰਦੇ ਵਕੀਲ ਬੈਠੇ ਆ ਵੱਡੇ ਵੱਡੇ, ਉਹਨੂੰ ਲਾਈਨ 'ਚ ਲੈ ਕੇ ਆਵਾਂਗੇ, ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਹੈਗਾ ਅਸੀਂ NRI ਨੂੰ ਜ਼ਰੂਰ ਮਦਦ ਕਰਨੀ ਆ, ਕਿਉਂਕਿ ਪੰਜਾਬ ਦੇ ਵਿੱਚ ਤਾਂ ਇਨਵੈਸਟਮੈਂਟ ਹੋਏਗੀ ਜੇ NRI ਨੂੰ ਅਸੀਂ ਪ੍ਰੋਟੈਕਟ ਕਰਾਂਗੇ. ਵੈਰੀ ਸਿੰਪਲ ਫਾਰਮੂਲਾ. ਮੈਂ ਅਸੀਂ ਉਹਨਾਂ ਨੂੰ ਇਹੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਇੰਡੀਆ ਜੱਜ ਬੈਠੇ ਆ, ਸੈਸ਼ਨ ਜੱਜ ਬੈਠੇ ਆ, ED ਵਾਲੇ ਬੈਠੇ ਆ ਦੋਵੇਂ, ਜੇ ਤੁਸੀਂ ਇੰਡੀਆ 'ਚ ਜਾਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਾਉਣੀ ਆ, ਦੈਟ ਮਾਡਲ ਵਿਲ ਹੈਲਪ ਦੈਮ ਟੂ ਗੈਟ ਇਨਵੈਸਟਮੈਂਟ ਇਫ ਯੂ ਪ੍ਰੋਟੈਕਟ NRI ਦੀ ਪ੍ਰੋਟੈਕਸ਼ਨ ਕਰੋਗੇ, ਚਾਹੇ ਉਹ ਉਹਨਾਂ ਨਾਲ ਮਤਲਬ ਹਰ ਜਗ੍ਹਾ ਤੇ ਕੋਸ਼ ਬੰਦਾ ਇਹੀ ਕਰਦਾ ਵੀ NRI ਹੈਗਾ ਇਹਨੂੰ. ਉਦੋਂ ਦੁਕਾਨਦਾਰ ਵੀ ਕਈ ਵਾਰੀ NRI ਦੇਖ ਕੇ ਡਬਲ ਟ੍ਰਿਪਲੀ ਪ੍ਰਾਈਸ ਲਾ ਦਿੰਦਾ. ਸੋ ਉਹ ਤਾਂ ਚਲੋ ਮਾਈਨਰ ਆ, ਕੋਈ ਗੱਲ ਨਹੀਂ ਕਰ ਲਿਆ, ਪਰ ਆਹ ਜਿਹੜਾ ਕੰਮ ਹੈਗਾ ਵੱਡਾ ਬਹੁਤ ਹੋਇਆ. ਸੋ ਮੈਂ ਸ਼ਾਰਟ ਕਰਕੇ ਬਾਕੀ ਸਾਰਾ ਸਾਰਾ ਚ ਨੂੰ ਰਿਜ਼ਲਟ ਕੱਢ ਕੇ ਤੁਸੀਂ ਐਂਡ ਤੇ ਦੱਸ ਦਿਆਂਗੇ ਕਿ ਅਸੀਂ ਕਿੱਥੇ ਦਫ਼ਤਰ ਆ, ਕੀ ਕਰਨਾ ਹੈਗਾ. ਦੈਟ ਇਜ਼ ਅ ਡਿਫਰੈਂਟ ਸਿਚੁਏਸ਼ਨ ਰਾਈਟ ਨਾਓ. ਬਹੁਤ ਅਸੀਂ ਕਵਰ ਅਸੀਂ ਕਰੀ ਜਾ ਰਹੇ ਹਾਂ. ਹੁਣ ਅੰਜੂ ਸ਼ਰਮਾ ਜੀ ਨੇ ਕਰਤਾ ਹੈ ਕਾਫੀ, ਹਰਪ੍ਰੀਤ ਨੇ ਕਰਤਾ. ਹੁਣ ਸਾਡਾ ਪਰਪਸ ਆ ਕਿ ਜਿਹੜੇ NRI ਵਰਲਡਵਾਈਡ ਬੈਠੇ ਆ, ਉਹਨਾਂ ਨੂੰ ਅਸੀਂ ਆਪਣੇ ਸਿਸਟਮ ਚ ਡਿਵੈਲਪ ਕਰਤਾ ਹੈਗਾ. ਦੈਟ ਇ ਕਾਲਡ NRI ਪ੍ਰੈਸ ਦੇ ਵਿੱਚ ਇੱਕ ਮਾਡਲ ਬਣਾਤਾ, NRI ਪ੍ਰੈਸ ਕਲੱਬ. ਉਹਦੇ ਵਿੱਚ ਅਸੀਂ ਮੈਂਬਰਸ਼ਿਪ ਸੀਨੀਅਰ ਦੀ, ਦੂਸਰਿਆਂ ਦੀ, ਕਹਿੰਦੇ ਜੀਰੋ ਵਾਲੀ ਰੱਖੀ ਆ, ਜਿਹਨੂੰ ਇਨਕਮ ਹੈ ਨਹੀਂ ਕੋਈ ਵੀ. ਜਿਹਦੇ ਕੋਈ ਇਨਕਮ ਹੈਗੀ ਆ, ਉਹ ਦਫ਼ਤਰ ਦਾ ਖਰਚਾ ਹੋਰ ਆ ਛੋਟਾ ਮੋਟਾ, ਸਾਡੀ ਸਪੋਰਟ ਕਰ ਸਕਦੇ ਆ, ਉਹ ਵੀ ਕੋਈ ਪ੍ਰੈਸ਼ਰ ਨਹੀਂ ਹੈਗਾ. ਤੇ 3ਵੇਂ ਨੰਬਰ ਦੇ ਉੱਪਰ ਇਹਨੂੰ ਕੰਟੀਨਿਊ ਕਿ ਅਸੀਂ ਅਪਡੇਟ ਕਰਦਾ ਰਹਾਂਗੇ ਪ੍ਰੋਗਰਾਮ. ਅੱਜ ਨਹੀਂ ਇਹ ਇਕੱਲਾ, ਇਹ ਚੱਲਦਾ ਹੀ ਰਹਿਣਾ. ਹਾਂਜੀ, 2-3 ਘੰਟੇ ਦਾ ਪ੍ਰੋਗਰਾਮ ਅਸੀਂ ਵੀਕ ਦੇ ਵਿੱਚ ਇਹ ਪ੍ਰੋਗਰਾਮ ਸੈਟਅਪ ਕਰ ਰਹੇ ਹਾਂ ਕਿ ਸਪੈਸ਼ਲੀ ਲੋਕਾਂ ਦੀਆਂ ਉਹਨੂੰ ਲੈ ਕੇ ਆਇਆ ਕਰਾਂਗੇ, ਜਿਨ੍ਹਾਂ ਦੇ ਲੋਕਾਂ ਦੀ ਡਿਫਿਕਲਟੀਜ਼ ਹੈਗੀਆਂ ਨੇ, ਉਹ ਆਪਣੇ ਅਸੀਂ ਪਹਿਲੇ ਲੈ ਕੇ ਵੀ ਆਏ ਆ ਗੈਰੀ ਜੀ, ਰਿਮੈਂਬਰ ਉਹ ਹਾਂ ਪੂਰੀ ਟੀਮ ਆਈ ਸੀ। ਹਾਂ ਲੈ, ਬੜੇ ਕੁਛ ਲਿਆਉਂਦੇ ਆ, ਪਰ ਮੈਂ ਇਹਨਾਂ ਤਾਂ ਡਿਸਕ੍ਰਾਈਬ ਕਰਦਾ ਵੀ ਅਸੀਂ ਲਾਸਟ ਸਕੇਲ ਤੇ ਲਿਆਵਾਂਗੇ, ਠੀਕ ਨਹੀਂ ਤਾਂ ਕਿ ਟੀਮ ਇਸ ਤਰ੍ਹਾਂ ਬਣ ਜਾਏ, ਕੋਈ ਜ਼ਰੂਰੀ ਨਹੀਂ ਮੈਂ ਆਉਣਾ ਹੈ, ਜਿਹਨੂੰ ਅਸੀਂ ਪ੍ਰੋਗਰਾਮ ਦੇ ਕੇ ਅੱਗੇ ਤੋਂ ਅੱਗੇ ਐਕਸਪੈਂਡ ਕਰ ਰਹੇ ਹਾਂ, ਤਾਂ ਕਿ ਇੰਡੀਆ ਤੋਂ ਵੀ ਤੁਹਾਡੇ ਨਾਲ ਬੰਦੇ ਜੁੜਨਗੇ, ਉਹ ਦੱਸਣਗੇ ਤੁਹਾਨੂੰ. ਕੋਈ ਬੰਦੇ ਤੁਹਾਨੂੰ ਕੰਪਲੇਂਟ ਮਿਲੇਗੀ, ਟੈਲ ਅਸ, ਬਿਕਾ ਵੀ ਆ ਦਾ ਨਿਊਜ਼ ਮੀਡੀਆ, ਵੀ ਡੋਨਟ ਲਾਓ ਐਨੀਬਾਡੀ ਟੂ ਚੀਟ ਯੂ. ਦੈਟ ਇਜ਼ ਦਾ ਮੇਨ ਪਰਪਸ ਆਫ ਦਾ NRI ਪ੍ਰੈਸ, ਵੈਰੀ ਸਿੰਪਲ. 20 ਸਾਲ ਦੀ ਸਾਡੀ ਕਮਾਈ ਕੀਤੀ NRI ਪ੍ਰੈਸ ਮੀਡੀਆ ਦੀ, ਓਨਲੀ ਵੀ ਆਰ ਯੂਜ਼ਿੰਗ ਦਿਸ ਪਾਵਰ ਟੂ ਹੈਲਪ NRI ਪ੍ਰੋਟੈਕਟ ਸਰਵ NRIs. ਔਰ ਜਿਹੜੇ ਬ੍ਰਾਂਚਿਸ ਨੇ ਸਾਡੀਆਂ ਇੰਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਸਪੈਸ਼ਲੀ ਅਸੀਂ ਮੈਂ ਕਰ ਰਹੇ ਹਾਂ, ਜਾਂ ਜਿਵੇਂ ਪ੍ਰੀਤਮ ਸਿੰਘ ਜੀ ਬੈਠੇ ਨੇ ਮੈਡੀਕਲ ਹੋਸਪਿਟਲ, ਬੜੇ ਵੱਡੇ ਚ ਇਨਵੋਲਵ ਨੇ, ਇਵੇਂ ਸਾਡੇ ਕੋਲ ਫੋਰਟਸ ਹੋਸਪਿਟਲ ਆ, ਦੂਸਰੇ ਨੇ. ਸੋ ਇਸ ਕਰਕੇ ਵੀ ਕੰਟੀਨਿਊ ਟੂ ਮੋਰ ਐਂਡ ਮੋਰ ਐਕਸਪਲੋਰ ਆਈਡੀਆ. ਰਾਈਟ ਨਾਓ ਇਜ਼ ਟੂਡੇ ਇਜ਼ ਜਸਟ ਅਸੀਂ ਵੀ ਆਰ ਜਸਟ ਟਾਕਿੰਗ ਅਬਾਊਟ ਦੈਟ. ਓਕੇ ਅੰਜੀ ਜੀ, ਥੈਂਕ ਯੂ ਜੀ. ਚੱਲ ਸਾਹਿਬ, ਡੂ ਯੂ ਹੈਵ ਐਨੀ ਪ੍ਰਾਪਰਟੀਜ਼? ਤੁਹਾਡੀਆਂ ਹੈ ਕੋਈ ਪ੍ਰਾਪਰਟੀਜ਼ ਇੰਡੀਆ 'ਚ ਹਾਂਜੀ ਹਾਂਜੀ, ਹੈਗੀਆਂ? ਤੁਹਾਨੂੰ ਕੋਈ ਮੁਸ਼ਕਿਲ ਆਈ ਕਦੀ? ਤੁਹਾਡਾ ਕੋਈ ਪਰਸਨਲ ਐਕਸਪੀਰੀਅੰਸ ਤੁਸੀਂ ਸ਼ੇਅਰ ਕਰਨਾ ਚਾਹੋ, ਔਰ ਆਪਣੀ ਸਾਨੂੰ ਤੁਸੀਂ ਐਡਵਾਈਸ ਵੀ ਦਿਓ ਕਿ ਕੀ ਕਰ ਸਕਦੇ ਹਾਂ ਅਸੀਂ ਟੂ ਗਿਵ ਬੈਟਰ ਸਰਵਿਸ ਟੂ NRIs।
ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ। ਗੱਲ ਹੈ, ਮੈਂ ਤਾਂ ਅਜੇ 2019 ਤੋਂ ਆਇਆ, ਮੇਰਾ ਤਾਂ ਅਜੇ ਸੱਜਰਾ ਕੰਮ ਅਜੇ ਨਹੀਂ ਕੋਈ ਡਿਸਪਿਊਟ ਵਾਲੀ, ਕੋਈ ਮਹਾਰਾਜ ਦੀ ਕਿਰਪਾ ਗੱਲ। ਹਾਂ ਦੂਸਰੀ ਗੱਲ ਆ ਵੀ ਮੈਂ ਉੱਥੇ ਸਾਡੇ ਕੋਲੇ ਡਿਸਪਿਊਟ ਆਉਂਦੇ ਰਹੇ NRI ਥਾਣੇ ਦੇ ਵਿੱਚ, ਇਸ ਕਰਕੇ ਮੈਂ ਆਪਣੀ ਉੱਥੋਂ ਉੱਥੇ ਹੁੰਦਿਆਂ ਹੀ ਆਪਣੀ ਜ਼ਮੀਨ ਦੀ ਤਕਸੀਮ ਕਰਾ ਲਈ ਭਰਾਵਾ। ਦੇਖੋ, ਇਲਾਜ ਨਾਲੋਂ ਪਰਹੇਜ਼ ਚੰਗਾ। ਆਪਣੇ NRI ਨੂੰ ਚਾਹੀਦਾ ਵੀ ਜੇ ਤੁਸੀਂ ਮਤਲਬ ਉੱਥੇ ਹੁੰਦਿਆਂ ਹੀ ਆਪਣੀ ਪਹਿਲਾਂ ਜ਼ਮੀਨ ਦੀ ਤਕਸੀਮ ਜਿਹੜੀ ਆ ਉਹ ਕਰਾਓ। ਜਦੋਂ ਆਪਣੇ ਇੰਡੀਵਿਜੁਅਲ ਆਪਣੇ ਨਾਮ ਹੋ ਜਾਂਦੀ ਆ, ਫਿਰ ਉਹਦੇ ਆਪਾਂ ਖਾਨਾ ਮਾਲਕੀ 'ਚ ਆ ਜਾਂਦੇ ਹਾਂ, ਖਾਨਾ ਕਾਸ਼ਤ ਦੇ ਵਿੱਚ ਆ ਜਾਂਦੇ ਹਾਂ, ਔਰ ਫਿਰ ਜਿਵੇਂ ਹਰਪ੍ਰੀਤ ਜੀ ਨੇ ਕਿਹਾ, ਹਰ ਸਾਲ ਆਪਦਾ ਉਹਦੇ ਨਾਲ ਮਤਲਬ ਕੰਟੈਕਟ ਰੱਖੋ। ਠੀਕ ਹੈ ਜੀ। ਦੂਸਰੀ ਗੱਲ ਇਹ ਅੱਗੇ ਆ ਗਈ ਵੀ ਜੇ ਤੁਸੀਂ ਕਿਸੇ ਗੱਲੋਂ ਕਿਸੇ ਨੂੰ ਮੁਖਤਿਆਰਨਾਮਾ, ਪਾਵਰ ਆਫ ਅਟਾਰਨੀ ਜਿਹਨੂੰ ਪੰਜਾਬੀ 'ਚ ਆਪਾਂ ਮੁਖਤਿਆਰਨਾਮਾ ਕਹਿ ਦਿੰਦੇ, ਇਹ ਵੀ ਦੋ ਕਿਸਮ ਦਾ ਮੁਖਤਿਆਰਨਾਮਾ ਆਮ ਤੇ ਮੁਖਤਿਆਰਨਾਮਾ ਖਾਸ। ਜੇ ਤੁਸੀਂ ਪਾਰਟੀਕੂਲਰ ਕਿਸੇ ਫੰਕਸ਼ਨ ਲਈ ਦਿੰਦੇ ਆ, ਕੋਈ ਉਹਦੀ ਸਾਂਭ ਸੰਭਾਲ ਲਈ ਜਾਂ ਦੂਜਾ ਤੀਜਾ, ਉਹਦੇ ਵਿੱਚੋਂ ਚੰਗੀ ਤਰ੍ਹਾਂ ਮਤਲਬ ਉਹਨੂੰ ਅੰਡਰਲਾਈਨ ਲਾਈਨਾਂ ਨੂੰ ਕਰਕੇ ਉਹਨਾਂ ਹੀ ਉੱਥੋਂ ਤੱਕ ਹੀ ਸੀਮਿਤ ਰੱਖੋ। ਜਾਂ ਮੁਖਤਿਆਰਨਾਮਾ ਆਮ ਤਾਂ ਆਪਾਂ ਨੂੰ ਮਤਲਬ ਤਕਰੀਬਨ ਨਹੀਂ ਦੇਣਾ ਚਾਹੀਦਾ NRI ਨੂੰ ਖਾਸ ਕਰਕੇ, ਫਿਰ ਕਿਉਂਕਿ ਉਹਦੇ ਵਿੱਚ ਤਾਂ ਸਭ ਕੁਝ ਹੀ ਆ ਜਾਂਦਾ, ਸੈੱਲ ਵੀ ਕਰ ਸਕਦਾ ਅਗਲਾ ਜੋ ਵੀ। ਔਰ ਅਗਲੀ ਗੱਲ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਇਹ ਗੱਲ ਵੀ ਆ ਵੀ ਜੇ ਤੁਸੀਂ ਉਹ ਮੁਖਤਿਆਰਨਾਮਾ ਕਿਸੇ ਖਾਸ ਮਕਸਦ ਲਈ ਦਿੰਦੇ ਆ, ਉਸ ਤੋਂ ਬਾਅਦ ਜਦੋਂ ਤੁਹਾਡਾ ਉਹ ਮਕਸਦ ਹੱਲ ਹੋ ਜਾਂਦਾ ਤੇ ਉਹ ਮੁਖਤਿਆਰਨਾਮੇ ਨੂੰ ਕੈਂਸਲ ਜ਼ਰੂਰ ਕਰਾਓ। ਆਮ ਕੀ ਕਰਦੇ ਆ, ਪਹਿਲੀ ਆਮ ਹੀ ਆਪਣੇ ਕੇਸ ਇਸੇ ਤਰ੍ਹਾਂ ਹੀ ਚੱਲਦੇ ਆ ਜੀ। ਪਹਿਲਾਂ ਤਾਂ ਆਪਣੀ, ਕਿਉਂਕਿ ਜਿਹਨੂੰ ਮੁਖਤਿਆਰਨਾਮਾ ਦਿੰਦੇ ਉਹ ਆਪਣਾ ਬੰਦਾ ਜ਼ਿਆਦਾ ਮਿੱਤਰ ਹੁੰਦਾ ਜਾਂ ਆਪਣਾ ਰਿਸ਼ਤੇਦਾਰ ਹੁੰਦਾ ਜਾਂ ਭੈਣ ਭਰਾ, ਤੀਸਰੇ ਬੰਦੇ ਨੂੰ ਤਾਂ ਆਪਾਂ ਮੁਖਤਿਆਰਨਾਮਾ ਦਿੰਦੇ ਹੀ ਨਹੀਂ, ਇਹ ਤਾਂ ਆਪ ਨੋ ਨਹੀਂ ਆ, ਕੋਈ ਨੋ ਨਹੀਂ ਬੰਦਾ ਹੁੰਦਾ ਆਪਣਾ ਚੰਗੀ ਤਰ੍ਹਾਂ। ਪਹਿਲਾਂ ਤਾਂ ਆਪਾਂ ਨੂੰ ਉਹਦੇ ਨਾਲ ਸਹਿਮਤੀ ਹੁੰਦੀ ਆ, ਆਪਾਂ ਉਹਨੂੰ ਦੇ ਦਿੰਦੇ ਆ, ਔਰ ਉਸ ਤੋਂ ਬਾਅਦ ਉਹ ਆਪਣੀ ਚਲੋ ਸਾਂਭ ਸੰਭਾਲ ਦਾ ਵਧੀਆ ਕੰਮ ਵੀ ਕਰਦਾ, ਆਪਾਂ ਨੂੰ ਵੀ ਲੱਗਦਾ ਟਾਈਮ ਪਾ ਕੇ ਥੋੜਾ ਜਿਹਾ 10-15 ਸਾਲ ਪਾ ਕੇ, ਥੋੜੇ ਟਾਈਮ ਬਾਅਦ ਜਦੋਂ ਆਪਣੀ ਫਰੈਕਸ਼ਨ ਜਾਂ ਕੋਈ ਉਹਦੇ ਨਾਲ ਡਿਸਪਿਊਟ ਸ਼ੁਰੂ ਹੋ ਜਾਂਦਾ, ਫਿਰ ਉਹ ਜੇ ਆਪਾਂ ਉਹਨੂੰ ਕੈਂਸਲ ਨਹੀਂ ਕਰਾਉਂਦੇ ਫਿਰ ਉਹਦੀ ਮਿਕਸ ਯੂਜ ਕਰ ਸਕਦਾ। ਆਮ ਲੋਕਾਂ ਨੇ ਤਾਂ ਮਤਲਬ ਉੱਥੇ ਦਾ ਟੈਂਪਰ ਕਰਕੇ ਵੀ ਬਹੁਤ ਜ਼ਿਆਦੇ ਮਤਲਬ ਵਿੱਚੋਂ ਜਿਵੇਂ ਇੱਕ ਲਾਈਨ ਜਿਵੇਂ ਸੈੱਲ ਵਿੱਚ ਸੈੱਲ ਲਿਖ ਲੈਣਾ, ਇਸ ਤਰ੍ਹਾਂ ਬਹੁਤ ਜ਼ਿਆਦੇ ਹੋਏ ਆ ਮਤਲਬ। ਇਸ ਹਾਂ ਕਰਕੇ ਆਪਾਂ ਨੂੰ ਜ਼ਰੂਰ ਚਾਹੀਦਾ ਵੀ ਆਪਾਂ ਮਤਲਬ ਉਹ ਮੁਖਤਿਆਰਨਾਮਾ ਕੈਂਸਲ ਜ਼ਰੂਰ ਕਰਾਈ। ਠੀਕ ਹੈ ਜੀ। ਤੇ ਬਿਲਕੁਲ ਬਾਕੀ ਵੀ ਸਹੀ। ਆ ਜੇ ਆਪਾਂ ਹਰ ਸਾਲ ਦੀ ਸਾਲ ਆਪਦੀ ਪ੍ਰਾਪਰਟੀ ਦਾ ਮਤਲਬ, ਹੁਣ ਤਾਂ ਆਪਾਂ ਆਨਲਾਈਨ ਇਹਦੇ ਤੇ ਕੱਢ ਸਕਦੇ ਹਾਂ, ਤੇ ਦੂਸਰੀ ਆ ਜਿਹੜੀ ਗਰਦੌਰੀ ਚ ਖਾਨਾ ਕਾਸ਼ਤ ਦੀ ਵੀ ਆ, ਉਹ ਜਿੰਨਾ ਚਿਰ ਆਪਾਂ ਸਹਿਮਤੀ ਨਹੀਂ ਦਿੰਦੇ ਕਿਸੇ ਦੇ ਨਾਲ ਗਰਦੌਰੀ ਨਹੀਂ ਹੁੰਦੀ। ਅੱਜ ਕੱਲ੍ਹ ਇਹਨਾਂ ਨੇ ਕਰਤਾ ਵੀ ਉਹ ਗਰਦੌਰੀ ਵੀ ਜਿਹੜੀ ਆ ਆਪਣੀ, ਉਹਦੇ ਬਿਆਨ ਹੋਣਗੇ ਤੇ ਫਿਰ ਗਰਦੌਰੀ ਬਦਲੀ ਜਾਂਦੀ, ਜਾਂ ਫਿਰ ਥਰੂ ਆਊਟ ਕੇਸ ਜਾਂ ਤਹਿਸੀਲਦਾਰ ਦੇ ਕੇਸ ਕਰਕੇ, ਔਰ ਉਹ ਆਪਾਂ ਜੇ ਸਾਲ ਦੇ ਸਾਲ ਆਪਾਂ ਪਤਾ ਲਾਉਂਦੇ ਰਹਿੰਦੇ ਹਾਂ, ਫਿਰ ਆਪਾਂ ਨੂੰ ਕੇਸ ਦਾ ਜਾਂ ਹਰ ਚੀਜ਼ ਦਾ ਪਤਾ ਲੱਗ ਜਾਂਦਾ ਹੈ। ਰਾਈਟ ਇਸ ਕਰਕੇ ਸਾਨੂੰ ਮਤਲਬ ਪਿਛਲੇ ਪਾਸੇ ਅਵੇਅਰ ਹੋਣਾ ਚਾਹੀਦਾ, ਦੇਖਣਾ ਚਾਹੀਦਾ ਵੀ ਸਾਡੀ ਉਧਰ ਧਿਆਨ ਰੱਖਣਾ ਚਾਹੀਦਾ। ਤੇ ਜਿਹੜੇ ਪੁਰਾਣੇ ਡਿਸਪਿਊਟਾਂ ਦੇ ਵਿੱਚ ਤਾਂ ਇਸ ਤਰ੍ਹਾਂ ਵੀ ਕਈਆਂ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਵੀ ਹੋਇਆ ਵੀ ਉਹ ਪਹਿਲਾਂ ਤਾਂ ਉਹਨਾਂ ਦੀ ਸਹਿਮਤੀ ਨਾਲ ਕੰਮ ਚੱਲੀ ਗਿਆ ਜੀ, ਪਰ ਉਹਨਾਂ ਨੇ 15-15 ਸਾਲ 20-20 ਸਾਲ ਪਿੱਛੇ ਮੁੜ ਕੇ ਵੇਖਿਆ ਹੀ ਨਹੀਂ, ਪੁੱਛਿਆ ਹੀ ਨਹੀਂ। ਜਦੋਂ ਪੁੱਛਿਆ ਤੇ ਉਹਨੇ ਚਿਰ ਨੂੰ ਉਹ ਮਤਲਬ ਉਹ ਬੰਦੇ ਜਿਹੜੇ ਸੀ ਉਹ ਦੇਰ ਹੋ ਚੁੱਕੀ ਸੀ, ਔਰ ਉਹਨਾਂ ਬੰਦਿਆਂ ਨੇ ਉੱਥੇ ਪਿੰਡ ਜਿਹੜੇ ਉੱਥੋਂ ਵਾਲੇ ਪਿਛਲੇ ਬੰਦੇ ਸੀ, ਉਹਨਾਂ ਨੇ ਬੇਈਮਾਨੀ ਆ ਗਈ ਜਾਂ ਕੁਛ ਮਤਲਬ ਉਹਨਾਂ ਦੇ ਵਿੱਚ ਆ ਗਿਆ ਵੀ ਮਤਲਬ ਨੱਪ ਸਕਦੇ ਹਾਂ ਹੁਣ। ਇਸ ਕਰਕੇ ਉਹ
ਉਹਦਾ ਵੀ ਪ੍ਰੋਸੀਜਰ ਹੈਗਾ, ਉਹਦਾ ਫਿਰ ਥੋੜ੍ਹਾ ਜਿਹਾ ਲੰਬਾ ਪ੍ਰੋਸੀਜਰ ਇਹ ਹੋ ਜਾਂਦਾ ਜੀ, ਫਿਰ ਆਪਾਂ ਉਹਦੇ ਨਾਲ ਧੀਰਜ ਨਾਲ ਚੱਲ ਪੈਂਦਾ, ਕਿਉਂਕਿ ਖਾਨਾ ਮਾਲ ਮਹਿਕਮੇ ਦੇ ਵਿੱਚੋਂ, ਖਾਨਾ ਮਾਲਕੀ ਦੇ ਵਿੱਚੋਂ ਆਪਾਂ ਨੂੰ ਕੋਈ ਬੰਦਾ ਕੱਢ ਨਹੀਂ ਸਕਦਾ। ਜਾਂ ਤਾਂ ਆਪਾਂ ਉੱਥੇ ਕੋਈ ਉਹਦੇ ਨਾਲ ਰਜਿਸਟਰੀ ਕਰਾ ਕੇ ਦੇਈਏ, ਜਾਂ ਆਪਣੀ ਕੋਈ ਉਹਦੀ ਆਪਣੀ ਜੋ ਪਾਵਰ ਆਫ ਅਟਾਰਨੀ, ਮਤਲਬ ਖਾਨਾ ਕਾਸ਼ ਦੇ ਵਿੱਚ ਆਪਾਂ ਬੋਲਾਂਗੇ, ਜੇ ਉਹਨਾਂ ਨੇ ਇੱਕ ਜਮ੍ਹਾਂਬੰਦੀ ਦੇ ਵਿੱਚ ਇੱਕ 4 ਸਾਲੇ ਦੇ ਵਿੱਚ ਆਪਣੇ ਗੜਬੜ ਕਰਾ ਲਈ, ਆਪਣਾ ਪਿਛਲਾ ਵੇਖ ਕੇ, ਤੇ ਆਪਾਂ ਮਤਲਬ ਥਰੂ ਆਊਟ ਅਦਾਲਤ ਜਾਂ ਤਹਿਸੀਲਦਾਰ ਵੀ ਆਪਾਂ ਕਰ ਸਕਦੇ ਹਾਂ। ਬਾਕੀ ਜ਼ਿਆਦਾਤਰ ਤਾਂ ਜੇ ਇਹੋ ਜਿਹੇ ਕੇਸ ਉੱਥੇ ਹੁੰਦੇ ਆ ਜਿੱਥੇ ਕਿਸੇ ਬੰਦੇ ਦੇ ਮਗਰ ਪੋਲੀਟੀਕਲ ਜਾਂ ਕੋਈ ਵੀ ਮਤਲਬ ਕੋਈ ਪਾਵਰ ਕਿਸੇ ਅਫਸਰ ਵੱਲੋਂ ਮਿਲਦੀ ਆ ਜਾਂ ਕਿਸੇ ਪੋਲੀਟੀਕਲ ਵੱਲੋਂ ਮਿਲਦੀ ਆ, ਤੇ ਜੇ ਆਪਾਂ ਅਵੇਅਰ ਰਹਾਂਗੇ, ਪਤਾ ਲੈਂਦੇ ਰਹਾਂਗੇ ਨਾਲ ਦੀ ਨਾਲ ਸਾਲ ਦੇ ਸਾਲ, ਤੇ ਫਿਰ ਆਪਾਂ ਨੂੰ ਮਤਲਬ ਉਹਦਾ ਜੇ ਜਿੰਨੇ ਟਾਈਮ ਨਾਲ ਛੇਤੀ ਪਤਾ ਲੱਗੂ ਆਪਾਂ ਨੂੰ ਵੀ ਆਪਣੀ ਪ੍ਰੋਪਰਟੀ ਦੇ ਉੱਤੇ ਕੋਈ ਮਤਲਬ ਗਲਤ ਕਰ ਰਿਹਾ, ਤੇ ਉਨੀ ਜਲਦੀ ਮਤਲਬ ਆਪਣਾ ਮਸਲਾ ਹੱਲ ਹੋ ਸਕਦਾ। ਬਾਕੀ ਜੇ ਆਪਾਂ ਤਕਸੀਮ ਕਰਾਈ ਆ, ਤਕਸੀਮ ਕਰਾ ਕੇ ਆਮ ਲੋਕ ਤਾਂ ਹੁਣ ਇਹ ਕਰਦੇ ਆ, ਤਕਸੀਮ ਕਰਾ ਕੇ ਆਪਣੀ ਪ੍ਰੋਪਰਟੀ ਦੇ ਉੱਤੇ ਥੋੜ੍ਹਾ ਜਿਹਾ ਮਤਲਬ ਬੈਂਕ ਦੀ ਲਿਮਿਟ ਬਣਾ ਲਈ, ਬੈਂਕ ਲੋਨ ਬਣਾ ਲਿਆ, ਉਹਦੇ ਨਾਲ ਇਹ ਹੋ ਜਾਂਦਾ। ਮੰਨ ਲਓ ਜੇ ਕੋਈ ਬੰਦਾ ਆਪਣੀ ਉਹ ਛੇੜਖਾਨੀ ਵੀ ਕਰਦਾ ਤੇ ਬੈਂਕ ਦੇ ਥਰੂ ਜਾਂਦਾ, ਬੈਂਕ ਨਾਲ ਆਪਣਾ ਕਨੈਕਟ ਹੁੰਦਾ, ਬੈਂਕ ਜਿਹੜਾ ਤਕਰੀਬਨ ਦੱਸ ਹੀ ਦਿੰਦਾ, ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਛੇਤੀ। ਚਹਿਲ ਸਾਹਿਬ, ਤੁਸੀਂ ਜਨਰਲ ਦੱਸ ਰਹੇ ਹੋ, ਵਕੀਲ ਸਾਹਿਬ ਨੇ ਉੱਪਰ ਬੈਠੇ ਆ, ਇਹ ਵੀ ਜ਼ਿਆਦਾ ਡਿਟੇਲ 'ਚ ਦੱਸਦੇ ਰਹਿਣਗੇ ਫਿਊਚਰ ਵਾਸਤੇ ਵੀ ਹੁਣ ਵੀ। ਮੈਨੂੰ ਇਹ ਦੱਸੋ ਵੀ ਪੁਲਿਸ ਸਾਡੀ ਮਦਦ ਕਰਦੀ ਹੈ 1 ਮਿੰਟ ਦੇ ਵਿੱਚ, ਤੁਸੀਂ ਆਪਦਾ ਐਕਸਪੀਰੀਅੰਸ ਇਹ ਚੀਜ਼ਾਂ ਦੱਸੋ ਥੋੜ੍ਹਾ ਜਿਹਾ। ਹਾਂਜੀ ਦੇ ਵਿੱਚ ਇਹੋ ਹੈ, ਪੁਲਿਸ ਦੇ ਵਿੱਚ ਰੈਂਕ ਤੁਹਾਡਾ ਜਿਹੜਾ ਮਰਜ਼ੀ ਹੋਵੇ, ਜੇ ਤਾਂ ਤੁਸੀਂ ਉਸ ਨੂੰ ਸੀਰੀਅਸਲੀ ਲੈ ਕੇ ਮਤ ਕਰਦੇ ਆ ਕਿਸੇ ਬੰਦੇ ਦੀ ਸੀਰੀਅਸਲੀ, ਤੇ ਹੋ ਵੀ ਜਾਂਦੀ ਆ ਉਹਦੇ ਵਿੱਚ ਇਸ ਤਰ੍ਹਾਂ ਵੀ ਆਪਾਂ ਮਤਲਬ ਉਹਨੂੰ ਸਹੀ ਰਾਹ ਪਾ ਸਕਦੇ ਆ। ਜੇ ਆਪਾਂ ਸੀਰੀਅਸਲੀ ਕਿਸੇ ਨੂੰ ਮਤਲਬ ਕੁਝ ਸਮਝਾਉਂਦੇ ਆ, ਕਈ ਵਾਰੀ ਹੋ ਵੀ ਜਾਂਦਾ। ਬਾਕੀ ਪੁਲਿਸ ਅਫਸਰ ਜਿਹੜਾ ਪ੍ਰਾਪਰਟੀ ਦੇ ਵਿੱਚ ਤਾਂ ਥਰੂ ਆਊਟ ਮਤਲਬ ਜਿਹੜਾ ਲਾ ਹੀ ਕਰ ਸਕਦਾ, ਸਿੱਧਾ ਤਾਂ ਨਹੀਂ ਕਰ ਸਕਦਾ। ਬਾਕੀ ਚਲੋ ਚਲੋ, ਤੁਹਾਨੂੰ ਪਤਾ ਚੱਲਦਾ ਹੀ ਚੱਲਦਾ ਜਿੱਥੇ। ਹਾਂਜੀ ਜੀ, ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਜੁੜੇ ਰਹੀਏ ਆਪਣੀਆਂ ਪ੍ਰਾਪਰਟੀਜ਼ ਦੇ ਨਾਲ, ਚਾਹੇ ਉਹ ਕਿਸੇ ਫਰੈਂਡ ਦੇ ਥਰੂ ਹੈ ਜਾਂ ਕਿਸੇ ਰਿਲੇਟਿਵ ਦੇ ਥਰੂ ਹੈ, ਸਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਹੋ ਰਿਹਾ। ਹਾਂਜੀ ਅੱਛੀ ਗੱਲ ਤੁਸੀਂ ਕਹੀ। ਟਾਟਲਾ ਜੀ, ਤੁਹਾਡਾ ਕੀ ਐਕਸਪੀਰੀਅੰਸ ਹੈ ਪੰਜਾਬ ਦੇ ਨਾਲ? ਤੁਸੀਂ ਵੀ ਬਹੁਤ ਕਨੈਕਟਡ ਹੋ, ਤੁਹਾਡਾ ਕੋਈ ਪਰਸਨਲ ਐਕਸਪੀਰੀਅੰਸ ਜਾਂ ਕੋਈ ਫਰੈਂਡਸ ਦਾ ਐਕਸਪੀਰੀਅੰਸ ਸਾਨੂੰ ਦੱਸੋ। ਮੇਰਾ ਜੋ ਹੈ, ਜਿਹੜੀ ਪ੍ਰੋਪਰਟੀ ਆ ਸਾਡੀ, ਮੈਂ ਜਿੰਨਾ ਕੁ ਦੇਖਿਆ ਉਹ 4 ਤਰ੍ਹਾਂ ਦੀ ਹੈ। ਇੱਕ ਖੇਤੀਬਾੜੀ ਵਾਲਾ, ਇੱਕ ਜਿਹੜੇ ਖੇਤਾਂ ਦੇ ਵਿੱਚ ਹੀ ਘਰ ਬਣੇ ਹੋਏ ਨੇ, ਇੱਕ ਤੁਹਾਡੇ ਆਪ ਘਰ ਨੇ, ਇੱਕ ਹੈਗੀ ਆ ਤੁਹਾਡੀ ਕੋਈ ਵਪਾਰਕ ਜਿਹੜੀ ਹੈਗੀ ਆ, ਕਮਰਸ਼ੀਅਲ ਪ੍ਰੋਪਰਟੀ ਆ ਜਿਹੜੀ। ਇਹ ਚਾਰ ਜਿਹੜੀਆਂ ਤਰ੍ਹਾਂ ਦੀਆਂ ਪ੍ਰੋਪਰਟੀਆਂ ਨੇ, ਇਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਬੰਦੇ ਜਿਹੜੇ ਆ ਉਹ ਜਿਹੜੇ ਆ ਸਾਡੀ ਉਹ ਰੋਕਦੇ ਨੇ। ਉਹ ਰੋਕਣ ਵਾਲਿਆਂ ਤੇ ਇੰਟਰਸਟ ਹੈਗੇ ਆ, ਉਹ ਕਿਹੜੇ 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 ਗੈਂਗ ਦੇ ਨਾਲ ਨੇ। ਉਸ ਤੋਂ ਬਾਅਦ ਇਹ ਹੈਗੀ ਹੈ ਵੀ ਜਿਹੜੇ ਇਹਨਾਂ ਨੂੰ ਅਸੀਂ ਜਿਹੜੇ ਆ ਉਹ ਕਬਜ਼ਾ ਕਿਹੜੇ ਢੰਗ ਨਾਲ ਕਰਦੇ ਨੇ। ਜਾਂ ਤਾਂ ਜਿਹੜਾ ਮੁਖਤਿਆਰਨਾਮਾ ਸਾਡਾ ਗਲਤ ਦਿੱਤਾ ਹੋਇਆ ਵਾ, ਉਹਦੇ ਅਨੁਸਾਰ ਉਹ ਪ੍ਰਾਪਰਟੀ ਤੇ ਕਬਜ਼ਾ ਕਰਦੇ ਨੇ, ਤਾਂ ਕਿ ਜਿਹੜੀ ਸਾਡੀ ਜਾਣ ਦੀ ਜਮ੍ਹਾਂਬੰਦੀ ਦੇ ਵਿੱਚ ਜਿੱਥੇ ਅਸੀਂ ਮਾਲਕ ਬੈਠੇ ਹਾਂ, ਉਹ ਖਾਨੇ ਨੂੰ ਉਹ ਛੇੜਛਾੜ ਕਰ ਸਕਦੇ ਆ ਜਿਹਦੇ ਰਾਹੀਂ। ਜਾਂ ਉਹ ਕਹਿ ਦਿੰਦੇ ਆ ਵੀ ਸਾਡਾ, ਅਸੀਂ 12 ਸਾਲ ਦੇ ਇਹਦੇ 'ਤੇ ਕਾਬਜ਼ ਆ,
ਜੇ ਕੋਈ ਬੰਦਾ 12 ਸਾਲ ਕਿਸੇ ਪ੍ਰਾਪਰਟੀ ਦੇ ਉੱਤੇ ਕਾਬਜ਼ ਰਹਿ ਗਿਆ ਉਹਨੂੰ ਡਿਸਟਰਬੈਂਸ ਕੀਤੇ ਤੋਂ ਬਿਨਾਂ, ਤਾਂ ਉਹ ਉਹਦਾ ਮਾਲਕ ਬਣ ਜਾਂਦਾ ਹੈ। ਇਹ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਵੀ ਜੇ ਵੀ ਤੁਹਾਡੇ ਕੋਲ ਕੋਈ ਵੀ ਪ੍ਰਾਪਰਟੀ ਹੈਗੀ ਹੈ ਉਹਦੇ 'ਤੇ ਬਿਲਕੁਲ ਕਿਸੇ ਨੂੰ, ਜੇ ਤੁਸੀਂ ਠੇਕੇ 'ਤੇ ਵੀ ਜ਼ਮੀਨ ਦਿੰਦੇ ਹੋ ਤਾਂ ਵੀ ਉਹਦੀ ਜ਼ਮੀਨ ਦੇ ਉੱਤੋਂ ਜਾਣ ਦੀ, ਜਾਂ ਤਾਂ ਉਹਦਾ ਬੈਂਕ ਰਾਹੀਂ ਠੇਕਾ ਲਓ ਜਾਂ ਉਹਦਾ ਜਾਣ ਦੀ ਕੋਈ ਡੀਡ ਬਣਾਓ ਵੀ ਮੈਂ ਇਹਨੂੰ ਜ਼ਮੀਨ ਆ ਜਿਹੜੀ ਉਹ ਠੇਕੇ 'ਤੇ ਦਿੱਤੀ ਹੈ। ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈ, ਜਦੋਂ ਸਾਡੀ ਜਾਣ ਦੀ ਕੋਈ ਵੀ ਚੀਜ਼ ਪ੍ਰੋਪਰਟੀ ਹੈ ਜਿਹੜੀ ਉਹ ਦੱਬੀ ਗਈ, ਉਹ ਦੱਬਣ ਦੇ ਵਿੱਚ ਤਾਂ ਫਿਰ ਜਾਣ ਦੀ 3 ਖਾਲੀ ਨੇ ਮੇਰੇ ਸਮਝ ਦੇ ਵਿੱਚ। ਜਾਂ ਤਾਂ ਜਿਵੇਂ ਆਪਣੇ ਆਰਬਿਟ੍ਰੇਸ਼ਨ ਦਾ ਬਣਾਇਆ ਹੋਇਆ ਗਰੁੱਪ ਕੋਈ ਸਮਝੌਤਾ ਉੱਥੇ ਹੋ ਜੇ, ਉਹ ਸਾਰਿਆਂ ਤੋਂ ਬਿਹਤਰ ਹੈਗੇ। ਉਹ ਵੀ ਤਾਂ ਹੋ ਸਕਦਾ ਜੇ ਦੂਜੀ ਪਾਰਟੀ ਆ ਜਿਹੜੀ ਉਹ ਆਉਣ ਨੂੰ ਤਿਆਰ ਹੋਵੇ ਉਹਨਾਂ ਕੋਲ, ਨਹੀਂ ਉਹਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ। ਉਦੋਂ ਬਾਅਦ ਇਹ ਹੈਗੀ ਆ, ਜਾਂ ਤੁਸੀਂ ਉਹਦੇ 'ਤੇ ਦੀਵਾਨੀ ਕੇਸ ਕਰ ਸਕਦੇ ਹੋ ਜਾਂ ਉਹਦੇ 'ਤੇ ਫੌਜਦਾਰੀ ਕੇਸ ਕਰ ਸਕਦੇ ਹੋ। ਇਹ 3 ਢੰਗ ਹੀ ਨੇ। ਉੱਥੇ ਵੀ ਮੈਂ ਇਹ ਕਹਿਣਾ ਵਾ ਜਿਹੜੇ ਪਿੰਡ ਦੇ ਵਕੀਲ ਸਾਡੇ ਆਮ ਪਿੰਡਾਂ ਦੇ ਵਿੱਚ ਹੀ ਆਮ ਵਕੀਲ ਬੈਠੇ ਨੇ ਜਿਹੜੇ ਪਿੰਡਾਂ ਵਾਲੇ ਹੀ ਵਕੀਲ ਬਣ ਜਾਂਦੇ ਨੇ, ਉਹਨਾਂ ਤੋਂ ਜ਼ਰੂਰ ਬਚਣਾ ਚਾਹੀਦਾ। ਸਹੀ ਵਕੀਲ ਦੀ ਜਿਹੜੇ ਜਿਵੇਂ ਸਾਡੇ ਗਰੁੱਪ ਦੇ ਵਿੱਚ ਵੀ NRE ਪ੍ਰੈਸ ਦੇ ਵਿੱਚ ਵੀ ਜਿਹੜੇ ਵਕੀਲ ਆਪਾਂ ਨੇ ਨੋਟੀਫਾਈ ਕੀਤੇ ਨੇ ਉਹਨਾਂ ਕੋਲ ਜਾਓ, ਉਹਨਾਂ ਤੋਂ ਰਾਏ ਲਓ, ਸਹੀ ਢੰਗ ਨਾਲ ਉਹਨੂੰ ਜਾਣ ਦੀ ਤੁਸੀਂ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕਰੋ। ਨਹੀਂ, ਜਿਸ ਤਰ੍ਹਾਂ ਗੈਰੀ ਜੀ ਨੇ ਕਿਹਾ ਹੈ ਕਿ ਅਸੀਂ ਇਸ ਸਬਜੈਕਟ ਦੀ ਸ਼ੁਰੂਆਤ ਕੀਤੀ ਹੈ ਔਰ ਇਸ ਤੋਂ ਬਾਅਦ ਅਸੀਂ ਕੰਟੀਨਿਊ ਕਰਾਂਗੇ, ਡਿਫਰੈਂਟ ਡਿਫਰੈਂਟ ਸਬਜੈਕਟਸ ਲੈ ਕੇ ਆਵਾਂਗੇ ਕਿ ਕੀ ਸਾਨੂੰ ਆਪਣੇ ਆਪ ਨੂੰ ਬਚਾਉਣ ਲਈ ਕਰਨਾ। ਹਾਲੇ ਅਸੀਂ ਸ਼ੁਰੂ ਕੀਤਾ ਹੈ ਕਿ ਪ੍ਰੋਬਲਮਸ ਕੀ ਆਉਂਦੀਆਂ ਨੇ ਉਹਦੇ 'ਤੇ ਅਸੀਂ ਫੋਕਸ ਕਰ ਰਹੇ। ਪ੍ਰੀਤਮ ਸਿੰਘ ਜੀ, ਤੁਸੀਂ ਦੱਸੋ ਤੁਸੀਂ ਸਾਨੂੰ ਕਿਸ ਤਰ੍ਹਾਂ ਗਾਈਡ ਕਰੋਗੇ ਇਸ ਸਬਜੈਕਟ 'ਤੇ? ਪ੍ਰੀਤਮ ਸਿੰਘ ਜੀ, ਮੈਂ ਵਿੱਚ ਐਡ ਕਰ ਦਵਾਂ, ਪ੍ਰੀਤਮ ਸਿੰਘ ਐਡ ਕਰ ਦਵਾਂ, ਇਹ ਅਸੀਂ ਤਿੰਨੇ ਚੀਜ਼ਾਂ ਡਿਸਕ੍ਰਾਈਬ ਕਰ ਚੁੱਕੇ ਹਾਂ ਕਾਫੀ, ਔਰ ਤੁਸੀਂ ਇਹ ਦੱਸਣਾ ਬਈ ਹੁਣ ਸੋਲੂਸ਼ਨ ਕੀ ਆ ਤੁਹਾਨੂੰ। ਤੁਸੀਂ ਮੈਨੂੰ ਲੱਗਾ ਕਾਫੀ ਗੱਲਾਂ ਕਰਦੇ ਰਹਿੰਦੇ ਹੋ ਕਿ ਜਿਹੜਾ ਅਸੀਂ ਨੈਟਵਰਕ ਬਣਾ ਲਿਆ ਉਹਦੇ ਵਿੱਚ ਸਾਨੂੰ ਕੀ ਕੀ, ਕਿਉਂ ਅਸੀਂ ਕਹਿੰਦੇ ਜੀ ਪੁਲਿਸ ਵਾਲੇ ਹੈਲਪ ਕਰ ਸਕਦੇ, ਪੁਲਿਸ ਵਾਲੇ ਤਦ ਹੀ ਕਰਨਗੇ ਜੇ ਅਸੀਂ ਸਟਰੋਂਗ ਹੈਗੇ ਹਾਂ ਬੈਠੇ, ਠੀਕ ਨਹੀਂ, ਆਪਣਾ ਸਾਡੇ ਕੋਲ ਵਕੀਲ ਵੱਡੇ ਵੱਡੇ ਬੈਠੇ ਆ ਜਿਹੜੇ ਪ੍ਰੋਟੈਕਟ ਕਰਨ ਸਾਨੂੰ ਬੈਠੇ ਆ, ਉਦੋਂ ਬਾਅਦ ਦੂਜੀ ਤੁਹਾਡੇ ਆਪਣੇ ਮਗਰ ਆਏਗੀ। ਸੋ ਥੋੜੇ ਇਸ ਐਕਸਪਲੇਨ ਕਰੋ ਤੁਸੀਂ, ਹਾਊ ਯੂ ਕੈਨ ਹੈਲਪ ਅਸ ਐਜ਼ ਏ ਸਿਟਿੰਗ ਇਨ ਇੰਡੀਆ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਤਿਕਾਰਯੋਗ ਵੱਡੇ ਵੀਰ ਗੈਰੀ ਜੀ ਨੂੰ, ਜਿਨ੍ਹਾਂ ਦੀ ਇੱਕ ਬਹੁਤ ਵੱਡੀ ਸੋਚ ਜਿਹੜੀ 20 ਸਾਲ ਦੇ ਵਿੱਚ ਉਹਨਾਂ ਨੇ ਪੈਦਾ ਕਰਕੇ, NRI ਭਰਾ ਜਿਹੜੇ ਪੰਜਾਬ ਦੇ ਵਿੱਚ ਛੱਡ ਕੇ ਰੋਜ਼ੀ ਰੋਟੀ ਦੇ ਲਈ ਬਾਹਰ ਗਏ ਸੀ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਆਪਣੇ ਨਜ਼ਦੀਕੀਆਂ ਨੂੰ ਆਪਣੀ ਪ੍ਰੋਪਰਟੀ ਦੇ ਵਾਸਤੇ ਕਹਿ ਗਿਆ ਵੀ ਤੁਸੀਂ ਇਹਦੀ ਸਾਂਭ ਸੰਭਾਲ ਕਰ। ਉਹ ਪੰਜਾਬੀ ਦੀ ਕਹਾਵਤ ਹੈ, ਦੁੱਧ ਤੇ ਬੁੱਧ, ਇਹਦੇ ਫਟਣ ਲੱਗਿਆਂ ਕੋਈ ਸਮਾਂ ਨਹੀਂ ਲੱਗਦਾ। ਜਦੋਂ ਬੰਦੇ ਦੀ ਜ਼ਮੀਰ ਇੰਨੀ ਗਿਰ ਜਾਏ ਕਿ ਮੇਰਾ ਭਰਾ ਅੱਜ ਕਨੇਡਾ ਗਿਆ ਜਾਂ ਅਮੈਰੀਕਾ ਗਿਆ, ਉੱਥੇ ਪਤਾ ਨਹੀਂ ਦਰੱਖਤਾਂ ਨੂੰ ਡਾਲਰ ਲੱਗ ਰਹੇ ਨੇ, ਪੌਂਡ ਲੱਗ ਰਹੇ ਨੇ, ਕਿੰਨੇ ਕੁ ਇਕੱਠੇ ਕਰ ਰਿਹਾ, ਮੈਂ ਇੱਥੇ ਖੇਤੀ ਨਾਲ ਦਿਨ ਰਾਤ ਮਰ ਰਿਹਾ, ਮੇਰੇ ਕੋਲ ਰੋਟੀ ਵੀ ਨਹੀਂ ਪੂਰੀ ਹੁੰਦੀ, ਉਹਨੂੰ ਇਹ ਪ੍ਰੋਪਰਟੀ ਕੀ ਕਰਨੀ, ਉਹਨੂੰ ਤਾਂ ਇਹਦੀ ਲੋੜ ਹੀ ਨਹੀਂ ਹੈਗੀ। ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਮਨ 'ਤੇ ਲਾਲਚ ਆ ਜਾਂਦਾ, ਮੈਂ ਇਹਨੂੰ ਕਿਸ ਤਰ੍ਹਾਂ ਕੈਪਚਰ ਕਰਾਂ, ਕਿਵੇਂ ਹੜੱਪਾਂ। ਉਹ ਫਿਰ ਸਾਰਾ ਤਾਣਾ ਬਾਣਾ ਇਸ ਤਰ੍ਹਾਂ ਦਾ ਬੁਣ ਲੈਂਦਾ ਕਿ ਮੇਰੇ ਭਰਾ ਨੇ ਤਾਂ ਸਾਲ ਬਾਅਦ, 2 ਸਾਲ ਬਾਅਦ, 4 ਸਾਲ ਬਾਅਦ ਆਉਣਾ, ਉਹ ਵੀ ਆਉਣਾ ਮਹੀਨੇ 2 ਮਹੀਨੇ ਵਾਸਤੇ ਹੈ, ਅਤੇ ਉਹ ਜੇ ਆ ਕੇ ਮੇਰੇ ਤੋਂ ਇਹਦਾ ਹਿਸਾਬ ਮੰਗੂਗਾ ਜਾਂ ਮੈਨੂੰ ਆਪਣਾ ਹਿੱਸਾ ਮੰਗੂਗਾ ਤਾਂ ਮੈਂ ਉਹਦੇ ਨਾਲ ਕਿਸ ਤਰ੍ਹਾਂ ਟੇਕ ਦਿੰਦਾ।
ਉਸ ਤੋਂ ਪਹਿਲਾਂ ਉਹ ਜਾਲ ਪਹਿਲਾਂ ਹੀ ਮੁੱਲ ਲੈਂਦੇ, ਕਿਉਂਕਿ ਪਿੰਡ ਦੇ ਵਿੱਚ ਘਰਮ ਚੌਧਰੀ ਬੜੇ ਹੁੰਦੇ ਨੇ, ਨੰਬਰਦਾਰ ਨੂੰ ਗੱਠ ਲਿਆ, ਸਰਪੰਚ ਨੂੰ ਗੱਠ ਲਿਆ, ਕਿਉਂਕਿ ਉੱਥੇ ਰਹਿ ਰਿਹਾ ਹੁੰਦਾ, ਉਹਨਾਂ ਲੋਕਾਂ ਨੂੰ ਉਹਦੀ ਲੋੜ ਹੁੰਦੀ ਹੈ ਵੋਟਾਂ ਦੀ। NRI ਦੀ ਤਾਂ ਲੋੜ ਕਿਤੇ 2-4 ਸਾਲ 5 ਸਾਲ ਵਾਸਤੇ ਪਊਗੀ, ਉਹ ਵੀ ਜੇ ਕੋਈ ਫੰਡ ਲੈਣਾ ਹੋਇਆ ਵੀ ਸਾਡੇ ਸਕੂਲ ਵਾਸਤੇ NRI ਸਾਹਿਬ ਆਹ ਇੰਨਾ ਤੁਸੀਂ ਦੇ ਦਿਓ, ਆ ਗਲੀਆਂ ਨਾਲੀਆਂ ਦੇ ਦਿਓ, 10-20 ਲੱਖ ਦੇ ਦਿਓ, ਉਹ ਇੰਨੇ ਵਾਸਤੇ NRI ਨੂੰ ਭਰਦੇ ਨੇ, ਲੇਕਿਨ ਉਹਨਾਂ ਦੀ ਹੈਲਪ ਨਹੀਂ ਕਰਦੇ, ਉਹਨਾਂ ਦੀ ਹੈਲਪ ਨਾ ਕਰੇ। ਮੇਰੇ ਸਾਹਮਣੇ ਵੀ ਬਹੁਤ ਸਾਰੇ ਕੇਸ ਆਏ, ਇਹਨਾਂ ਕੇਸਾਂ ਦੇ ਜ਼ਿਆਦਾ ਇਨਵੋਲਵ ਜਾਂ ਤਾਂ ਸਿਆਸੀ ਲੀਡਰ ਹੁੰਦੇ ਨੇ, ਜਾਂ ਪੁਲਿਸ ਅਫਸਰ ਹੁੰਦੇ ਨੇ, ਜਾਂ ਪੁਲਿਸ ਅਫਸਰਾਂ ਦੇ ਉਹ ਰਿਸ਼ਤੇਦਾਰ ਹੁੰਦੇ ਨੇ, ਜਿਹੜੇ ਕਿ ਪੁਲਿਸ ਅਫਸਰ ਆਪ ਨਹੀਂ ਅੱਗੇ ਆਉਂਦਾ ਹੈਗਾ, ਉਹਦੇ ਅੱਗੇ ਫੀਲੇ ਹੁੰਦੇ ਨੇ, ਉਹ ਦੇਖਦੇ ਹੁੰਦੇ ਨੇ ਕਿ ਫਲਾਣੀ ਪ੍ਰੋਪਰਟੀ ਹੈਗੀ ਹੈ, ਉਹ ਬੰਦਾ ਬਾਹਰ ਬੈਠਿਆ, ਉਹਨਾਂ ਦਾ ਝਗੜਾ ਕਰ ਰਿਹਾ, ਉਸ ਪ੍ਰੋਪਰਟੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਉਹਦੇ ਵਿੱਚ ਇਨਵੋਲਵ ਹੋ ਜਾਂਦੇ। ਉਹ ਕਹਿੰਦਾ ਵੀ ਮੈਂ ਤੇਰੀ ਮਦਦ ਕਰੂੰਗਾ, 10 ਕਿੱਲੇ ਨੇ, 5 ਕਿੱਲੇ ਮੈਂ ਲਊਂਗਾ ਤੇ ਆਪਾਂ ਹੀ ਕਰ ਲਈਏ, ਤੇ ਫਿਰ ਉਹ ਸਾਰੇ ਆਪਣੇ ਪੁਲਿਸ ਦੇ ਵੀ ਹੱਥ ਕੰਡੇ ਬਣਦੇ, ਕਿਉਂਕਿ ਪੁਲਿਸ ਦੇ ਵਿੱਚ ਉਹਦਾ ਕੋਈ ਨਾ ਕੋਈ ਲੀਡਰ ਲੱਗਿਆ ਹੁੰਦਾ, ਤੇ ਸਿਆਸਤ ਤੌਰ ਤੇ ਵੀ ਉਹਦਾ ਪੂਰਾ ਹੱਕ ਹੁੰਦਾ। ਉਹ ਉਸ NRI ਦੇ ਉੱਤੇ ਝੂਠੇ ਕੇਸ ਬਣਾ ਦਿੰਦਾ ਕਿ ਇਹਨੇ ਮੈਨੂੰ ਧਮਕੀਆਂ ਦਿੱਤੀਆਂ, ਇਹਨੇ ਮੈਨੂੰ ਫੋਨ ਤੇ ਗਾਲਾਂ ਕੱਢੀਆਂ, ਮੈਨੂੰ ਇਹ ਜਾਨ ਤੋਂ ਖਤਰਾ ਹੈ। ਉਹ NRI ਨੂੰ ਹੁੰਦਾ ਕਿ ਜੇ ਮੈਂ ਉਹਦੇ ਆਇਆ ਹੋਇਆ, ਜੇ ਮੇਰੇ ਉੱਤੇ ਕੇਸ ਬਣ ਗਿਆ ਤਾਂ ਮੈਂ ਵਾਪਸ ਨਹੀਂ ਜਾ ਸਕੂੰਗਾ, ਮੈਂ ਇੱਥੇ ਹੀ ਫਸ ਜੂੰਗਾ, ਮੇਰੀ ਸਾਰੀ ਜ਼ਿੰਦਗੀ ਜੇ ਖਰਾਬ ਹੋ ਜੂਗੀ। ਇਸ ਲਈ ਉਹ ਸ਼ੋਰਟ ਟਰਮ ਟਾਈਮ ਦੇ ਵਿੱਚ ਵਾਪਸ ਮੁੜਨਾ ਹੁੰਦਾ, ਇਹ ਚੀਜ਼ ਦਾ ਉਹ ਫਾਇਦਾ ਲੈ ਲੈਂਦਾ, ਫਾਇਦਾ ਲੈਣ ਕਰਕੇ ਉਹਦੀ ਪ੍ਰੋਪਰਟੀ ਹੈ ਜਿਹੜੀ ਉੱਥੇ ਹੀ ਹੜੱਪ ਹੋ ਜਾਂਦੀ ਹੈ। ਇਸ ਲਈ ਬਹੁਤ ਸਾਰੀਆਂ, ਇੱਕ ਨਹੀਂ ਹਜ਼ਾਰਾਂ ਹੀ ਕੇਸ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ, ਜਿੱਥੇ ਪੰਜਾਬੀ ਬੈਠੇ ਨੇ ਆਪਣੇ ਉਹ ਬਾਹਰ ਗਏ ਨੇ, ਤਕਰੀਬਨ 90% ਇਹੋ ਜਿਹੇ ਤਗੜੇ ਨੇ ਜਿਨ੍ਹਾਂ ਦੀ ਪ੍ਰੋਪਰਟੀਆਂ ਡਿਸਪਿਊਟ ਕਰ ਜਾਂਦਾ, ਪਰ ਕਿਸੇ ਨੇ ਅੱਜ ਤੱਕ ਇਹ ਉਦਮ ਨਹੀਂ ਸੀ ਕੀਤਾ, ਕਿਸੇ ਨੇ ਉਪਰਾਲਾ ਨਹੀਂ ਸੀ ਕੀਤਾ। ਸਰਕਾਰਾਂ ਨੇ NRI ਵਿਜੇਤਾ ਜ਼ਰੂਰ ਬਣਾਏ ਤੇ ਥਾਣੇ ਵੀ ਬਣਾਏ ਤੇ ਉਹਨਾਂ ਦੇ ਅਫਸਰ ਵੀ ਲਾਏ, ਪਰ ਉਹ ਗੱਲ ਕੀ ਸੀ, ਅੰਨਾ ਵੰਡੇ ਸੀਰ ਨਹੀਂ ਮੁੜ ਆਪਣਿਆਂ ਨੂੰ ਦੇ। ਉਹ ਅਫਸਰ ਵੀ ਕਹਿੰਦੇ ਸੀ ਕਿ ਸਾਨੂੰ ਤਾਂ ਜਿਹੜਾ ਇੱਥੇ ਬੰਦਾ ਰਹਿ ਰਿਹਾ ਇਹਦੀ ਲੋੜ ਹੈ, ਸਾਨੂੰ NRI ਤੋਂ ਕੀ ਲੈਣਾ। ਉਹ ਉਹਦੇ ਕੋਲ 10-20 ਕਿੱਲੇ ਜ਼ਮੀਨ ਹੁੰਦੀ ਹੈ ਤੇ ਉਸੇ ਦੇ ਵਿੱਚੋਂ 1-2 ਲੱਖ ਰੁਪਇਆ ਕਿਸੇ ਪੁਲਿਸ ਅਫਸਰ ਨੂੰ ਦੇ ਦੂਗਾ, ਕਿਸੇ ਲੀਡਰ ਨੂੰ ਇਲੈਕਸ਼ਨ ਫੰਡ ਦੇ ਦੂਗਾ, ਉਹ ਇਲੈਕਸ਼ਨ ਫੰਡ ਦਿੱਤਾ ਹੋਇਆ ਉਹ ਲੀਡਰ ਦੀ ਮਦਦ ਕਰੂਗਾ। NRI ਜਿਹੜਾ ਧੱਕੇ ਖਾ ਕੇ 2 ਮਹੀਨੇ ਬਾਅਦ ਵਾਪਸ ਚਲੇ ਜਾਊਗਾ। ਇਹ ਜਿਹੜਾ ਉਦਮ ਕੀਤਾ ਗਰੀਬ ਸਾਹਿਬ ਨੇ, ਮੈਂ ਕਹਿੰਦਾ ਇੱਕ ਬਹੁਤ ਹੀ, ਜਿੰਨੀ ਵੀ ਇਹਦੀ ਪ੍ਰਸ਼ੰਸਾ ਕੀਤੀ ਜਾਵੇ ਇਹ ਥੋੜ੍ਹੀ ਹੈ। ਦੂਜਾ ਜਿਹੜੀ ਇਹਨਾਂ ਨੇ ਟੀਮ ਬਣਾਈ ਹੈ ਪੰਜਾਬ ਦੇ, ਉਹ ਕਰੀਮ ਟੀਮ ਬਣਾਈ ਹੈ, ਜਿਹੜੇ ਲੋਕ ਬੇਦਾਗ ਨੇ, ਜਿਨ੍ਹਾਂ ਦਾ ਦਾਵਨ ਬਿਲਕੁਲ ਸਾਫ਼ ਹੈ, ਉਹਨਾਂ ਉੱਤੇ ਕੋਈ ਉਂਗਲੀ ਨਹੀਂ ਕਰ ਸਕਦਾ। ਜਸਟਿਸ ਜੋਰਾ ਸਿੰਘ ਵਰਗੇ ਜਾਂ ਕਈ ਹੋਰ ਪੁਲਿਸ ਅਫਸਰ, IAS IPS ਅਫਸਰ ਲਏ ਨੇ, ਅਲੱਗ ਅਲੱਗ ਦਾਇਰਿਆਂ ਦੇ ਬੰਦੇ ਲਏ ਨੇ। ਉਹ ਲੋਕਾਂ ਦੀ ਸੋਚ ਇਹੀ ਹੈ ਕਿ ਅਸੀਂ ਕਿਸੇ ਨਾਲ ਧੱਕਾ, ਜਿੱਦਾਂ ਗੁਰੂ ਸਾਹਿਬ ਨੇ ਲਿਖਿਆ, ਭੈ ਕਾਹੂ ਕੋ ਦੇਤ ਨਾ, ਮਹਾਂ ਭੈ ਮਾਤਾ, ਵੀ ਨਾ ਤਾਂ ਅਸੀਂ ਕਿਸੇ ਉੱਤੇ ਪ੍ਰੈਸ਼ਰ ਪਾਉਣਾ ਹੈ ਤੇ ਨਾ ਹੀ ਕਿਸੇ ਦੇ ਪ੍ਰੈਸ਼ਰ ਦੇ ਥੱਲੇ ਆਉਣਾ ਹੈ। ਜਿਹਦਾ ਹੱਕ ਹੈ ਉਹਦੇ ਹੱਕ ਨੂੰ ਅਸੀਂ ਦਵਾਉਣਾ ਹੈ। ਉਹ ਸ਼ੁਰੂਆਤ ਹੋ ਚੁੱਕੀ ਹੈ, ਜਿੱਦਾਂ ਪਹਿਲਾਂ ਤੁਸੀਂ ਦੱਸਿਆ ਕਿ ਅਫਰੀਕਾ ਤੋਂ NRI ਆਏ, ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਹਸਪਤਾਲ ਖੋਲਿਆ ਤੇ ਉਸ ਹਸਪਤਾਲ ਨੂੰ ਉਹ ਦੋ ਵਕੀਲਾਂ ਨੇ ਹੜੱਪ ਕਰ ਲਿਆ ਤੇ ਹੜੱਪ ਕਰਨ ਤੋਂ ਬਾਅਦ ਉਹਨਾਂ ਦੇ ਉੱਤੇ ਪਰਚੇ ਦਰਜ ਕਰਾ ਕੇ ਉਹਨਾਂ ਨੂੰ PO ਕਰਾਰ ਦਿੱਤਾ ਕਿ ਉਹ ਡਰਦੇ ਮਾਰੇ ਵੱਢ ਵੀ ਨਾ, ਜਿਹੜਾ ਕੋਈ ਆਇਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੁਗਤਣਾ ਪਿਆ। ਇਹ ਇੱਕ ਨਹੀਂ, ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਇਦਾਂ ਦੇ ਹੋਏ ਨੇ। ਬਹੁਤ, ਜਿਹੜਾ ਕੋਈ ਆਪਣਾ ਹੱਕ ਮੰਗਣ ਦੇ ਲਈ ਪੰਜਾਬ ਆਉਂਦਾ ਸੀ ਤਾਂ ਪੰਜਾਬ ਦੇ ਵਿੱਚ ਉਹ ਪਾਰਟੀ ਪੁਲਿਸ ਨਾਲ ਗੱਠਬੰਧ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰਾ ਦਿੰਦੀ ਸੀ, ਉਹਦਾ ਪਾਸਪੋਰਟ ਜ਼ਬਤ ਹੋ ਜਾਂਦਾ ਸੀ ਤੇ ਚੁੱਪ ਕਰਕੇ ਵਿਚਾਰਾ ਜੇਲ੍ਹ ਕਰੇ, ਕਿਸੇ ਦਾ ਹਿੰਮਤ ਨਹੀਂ ਸੀ ਪੈਂਦੀ, ਡਰਦਾ ਮਾਰਾ ਕਹਿੰਦੀ ਚੱਲ ਠੀਕ ਹੈ ਜੇ ਦੱਬ ਲਈਏ ਤਾਂ ਕੋਈ ਫਰਕ ਨਹੀਂ ਪੈਂਦਾ, ਅਸੀਂ ਸਬਰ ਕਰ ਲਾਂਗੇ। ਪਰ ਇਹ ਬਹੁਤ ਹੀ ਮਾੜੀ ਤੇ ਗੰਦੀ ਜਿਹੜੀ ਹਕੀਕਤ ਸੀ, ਉਹਨੂੰ ਠੱਲ ਪਾਉਣ ਦੇ ਲਈ
ਜੋ ਗੈਰੀ ਜੀ ਨੇ ਇਹ ਬੀੜਾ ਚੁੱਕਿਆ, ਇਹ ਕੰਮ ਇੱਕ ਦਿਨ ਪੂਰੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੋਊਗਾ। NRI ਵੀਰ ਬਾਹਰ ਬੈਠੇ ਇਹ ਸਮਝਣਗੇ ਕਿ ਮੇਰੀ ਪ੍ਰੋਪਰਟੀ ਜੇ ਪੰਜਾਬ ਦੇ ਵਿੱਚ ਹੈ ਉਹ ਸੇਫ ਹੈ, ਉਹਦੇ ਵੱਲ ਕੋਈ ਦੇਖ ਨਹੀਂ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੇ ਵਾਰਸ, ਉਹਨਾਂ ਦੇ ਮਾਲਕ, ਉਹਨਾਂ ਦੇ ਰਾਖੇ, ਉਹਨਾਂ ਦੇ ਪਹਿਰੇਦਾਰ ਜਸਟਿਸ ਜੋਰਾ ਸਿੰਘ ਜੀ ਵਰਗੇ ਬਾਕੀ ਪੂਰੀ ਟੀਮ ਉਹ ਤਿਆਰ ਹੈ। ਜਿੱਥੇ ਆਪਾਂ ਪਹਿਲਾਂ ਵੀ ਕਹੇ ਸੀ, ਕਹਿੰਦੇ ਬਾਝੋਂ ਹੱਥ ਕਰਾ ਰਿਹਾ ਪੈਰੀ ਮਿੱਤਰ ਨਾ ਹੋਏ। ਜੇ ਆਪਾਂ ਉਹਨਾਂ ਕੋਲੇ ਹਾੜੇ ਕੱਲੀ ਜਾਈਏ, ਛੱਡਦੇ ਯਾਰ ਮੇਰੀ, ਛੱਡਦੇ ਯਾਰ ਤੂੰ ਮੇਰੇ ਤੋਂ ਪੈਸੇ ਲਓ, ਕਦੇ ਨਹੀਂ ਛੱਡੂਗਾ। ਜਦੋਂ ਉਹਨੇ ਅੱਗੇ ਦਿਖਿਆ ਕਿ ਨੈਣੇ ਤੇ ਦਹਿਲਾ ਵੱਜਣ ਵਾਲਾ ਤਿਆਰ ਹੈ, ਤੇ ਮੈਨੂੰ ਮੁੜ ਕੇ ਮੇਰੀ ਜ਼ਮਾਨਤ ਵੀ ਨਹੀਂ ਹੋਣੀ। ਅੱਜ ਉਹ ਵਕੀਲਾਂ ਦੀ ਟੀਮ ਹੈ ਜਿਹੜੀ ਕਿ ਹਾਈ ਕੋਰਟ ਜਾਂ ਸੁਪਰੀਮ ਦੇ ਵਿੱਚ ਲੱਖਾਂ ਰੁਪਏ ਲੈ ਕੇ ਕੇਸ ਲੜਦੀ ਹੈ। ਉਹ ਕੇਸ ਇਹਨਾਂ ਵਕੀਲਾਂ, ਇਹ ਕੇਸ ਉਹਨਾਂ NRI ਦਾ ਕੇਸ ਲੜਨਗੇ। ਲੜਨ ਤੋਂ ਬਾਅਦ ਜਦੋਂ ਇੱਕ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਇੱਕ ਖੇਤ ਸੀ ਮੱਕੀ ਦਾ, ਜੱਟ ਨੇ ਬੀਜਿਆ ਹੋਇਆ, ਉੱਥੇ ਹਾਂਜੀ ਰੋਜ਼ ਆ ਕੇ ਕਾਂ ਵੱਢੀ ਜਾਂਦੀ ਸੀ। ਉਹ ਕਹਿੰਦਾ ਕੀ ਕਰਾਂ, ਕਹਿੰਦਾ ਆਏ ਕਰਕੇ ਕਾਂ ਨੂੰ ਮਾਰ ਕੇ ਟੰਗ ਦੇ ਇੱਥੇ। ਜਦ ਕਾਂ ਨੂੰ ਮਾਰ ਕੇ ਟੰਗੇਗਾ ਤਾਂ ਦੂਜੇ ਕਾਂ ਨੇ ਕਿਸੇ ਨੇ ਨੇੜੇ ਨਹੀਂ ਕਰਦੇ, ਦੂਰੋਂ ਹੀ ਕਾਂ ਕਾਂ ਕਰ ਦੇਣਗੇ। ਗੈਰੀ ਸਾਹਿਬ, ਜਦੋਂ ਇੱਕ ਵੀ ਕੋਈ ਬੰਦਾ ਜਿਹਨੇ NRI ਨਾਲ ਧੱਕਾ ਕੀਤਾ, ਪ੍ਰੋਪਰਟੀ ਦੱਬੀ ਹੈ, ਜਦੋਂ ਜੇਲ੍ਹ ਦੀ ਸਲਾਖਾਂ ਦੇ ਵਿੱਚ ਚਲਿਆ ਗਿਆ, ਕਿਸੇ ਦੀ ਜ਼ਰੂਰਤ ਨਹੀਂ ਪਊਗਾ ਕਿ NRI ਦੀ ਪ੍ਰੋਪਰਟੀ ਪ੍ਰੀਤਮ ਸਿੰਘ ਜੀ ਪ੍ਰੀਤਮ ਸਿੰਘ ਜੀ ਹਸਪੀਟਲ ਤੁਹਾਡੇ ਡਿਸਕਸ਼ਨ ਚੱਲਦੀ ਰਹਿੰਦੀ ਆ, ਚੱਲ ਰਿਹਾ ਨੰਬਰ 1 ਆਉਣਾ, ਉਹਦੇ ਨੇੜੇ ਨਹੀਂ ਆ ਸਕਦਾ ਕੋਈ ਵਕੀਲ, ਔਰ PO ਕੀਤਾ ਉਹਨਾਂ ਨੂੰ, ਉਹ ਅਸੀਂ ਕੇਸ ਲੜ ਰਹੇ ਹਾਂ, ਕੁਛ ਝਗੜਾ ਹੈਗਾ 92 ਲੱਖ ਰੁਪਈਆ ਦਾ, ਉਹ ਹੈਗਾ ਉਹ ਕੇਸ ਚੱਲ ਰਿਹਾ, ਉਹ ਹੁਣ ਕੋਈ ਵਕੀਲਾਂ ਦੀ ਹਿੰਮਤ ਨਹੀਂ ਪੈ ਗਈ ਹਸਪੀਟਲ ਦੇ, ਕਿਉਂਕਿ ਕਿਸਾਨ ਮੂਵਮੈਂਟ ਵਾਂਗੂ, ਮੈਂ ਅੱਜ ਜੀ 1-2 ਮਿੰਟ ਲੈਣੇ ਆ, ਕਿਸਾਨ ਮੂਵਮੈਂਟ ਵਾਂਗੂ ਇਹ ਜਿੰਨਾ ਚਿਰ NRI ਦਾ ਨੈਟਵਰਕ ਸਟਰੋਂਗ ਨਹੀਂ ਹੋਏਗਾ, ਜਿੰਨਾ ਚਿਰ ਇਹਨਾਂ ਨਾਲ ਸਟਰੋਂਗ ਲਾਇਰ ਨਹੀਂ ਬੈਠੇ ਹੋਣਗੇ, ਓਨੈਸਟ, ਤੁਸੀਂ ਬੇਦਾਗ ਲਫ਼ਜ਼ ਬਹੁਤ ਸੋਹਣਾ ਯੂਜ਼ ਕੀਤਾ ਪ੍ਰੀਤਮ ਸਿੰਘ ਜੀ, ਬੇਦਾਗ ਲਾਇਰਸ ਬੈਠੇ ਆ, ਬੇਦਾਗ ਸੈਸ਼ਨ ਜੱਜ ਬੈਠੇ ਆ, ਜਸਟਿਸ ਜੋਰਾ ਸਿੰਘ ਵਰਗੇ ਬੈਠੇ ਆ, ਔਰ ਸਾਡੀ ਟੀਮ ਆਲਰੇਡੀ ਬਣ ਚੁੱਕੀ ਆ, ਔਰ ਇੰਗਲੈਂਡ ਤੋਂ ਬਣ ਚੁੱਕੀ ਆ, ਔਰ ਅਮਰੀਕਾ ਤੋਂ ਬਣ ਚੁੱਕੀ ਆ, ਔਰ ਇਹ ਜਦੋਂ ਤੁਹਾਡਾ ਨੈਟਵਰਕ ਸਟਰੋਂਗ ਆ, ਵਕੀਲ ਤੁਹਾਡੇ ਕੋਲ ਤਗੜੇ ਤਗੜੇ ਆ, ਹਾਂਜੀ ਜੀ, ਤੇ ਤੁਸੀਂ ਉਹਨਾਂ ਨੂੰ, ਕਿਉਂਕਿ ਵਕੀਲਾਂ ਨੇ ਉਹ ਕੰਮ ਨਹੀਂ ਕਰਨਾ ਜਿਵੇਂ ਪਿਛਲੀ ਵਾਰੀ ਉਹ ਕਿਹੜੇ ਸੀ ਆਪਣੇ ਰਜਿੰਦਰ ਜੀ ਆਏ ਸੀ ਬੈਂਸ ਸਾਹਿਬ, ਉਹਨਾਂ ਨੇ ਕਿਹਾ ਸੀ ਅਸੀਂ ਵਕੀਲ ਵੀ ਠੱਗ ਹੈਗੇ ਆ, ਉਹ ਇਸ ਕਰਕੇ ਠੱਗੀ ਵਕੀਲਾਂ ਤੋਂ ਵੀ ਹੋ ਰਹੀ ਆ, ਕੀਪ ਇਨ ਮਾਈਂਡ, ਹਰ ਇੱਕ ਬੰਦੇ ਨੇ ਓਪਨਲੀ ਗੱਲ ਹੋ ਚੁੱਕੀ ਆ, ਇਹਨੂੰ ਕੋਈ ਲੁਕੋ ਨਹੀਂ ਰੱਖ ਸਕਦਾ, ਸੋ ਇਸ ਕਰਕੇ ਇਹ ਚੈਲੰਜ NRI ਦੀ, NRI ਨੇ ਇੱਕ ਫੈਸਲਾ ਕਰ ਚੁੱਕਿਆ, ਔਰ ਇੰਗਲੈਂਡ ਤੋਂ ਲੈ ਕੇ US ਦੇ ਵਿੱਚ, ਕੈਨੇਡਾ ਦੇ ਵਿੱਚ, ਬਾਕੀ ਤੁਹਾਡੇ ਵਰਗੇ ਪ੍ਰੀਤਮ ਸਿੰਘ ਜਿਹੜੇ ਦੋਸਤ ਬੈਠੇ ਨੇ, ਤੁਸੀਂ ਟੌਹੜਾ ਸਾਹਿਬ ਦੇ ਚ ਰਹੇ ਹੋ ਪਿਆਰੇ, ਤੁਹਾਡੀ ਫੈਮਿਲੀ ਰਹੀ ਆ, ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਅਵੇਅਰਨੈਸ ਸ਼ੁਰੂ ਹੋ ਰਹੀ ਆ ਬੜੀ ਛੇਤੀ, ਤੇ ਲੋਕਾਂ ਨੂੰ ਇਹ ਦੱਸਣਾ ਕਿ ਜੇ ਅਗਰ ਤੁਸੀਂ ਪ੍ਰੋਪਰਟੀ ਦੱਬਦੇ ਰਹੇ, ਜੇ ਇਹਨਾਂ ਨਾਲ ਧੱਕਾ ਕਰਦੇ ਰਹੇ, ਤਾਂ ਤੁਹਾਡਾ ਇਹਦੇ ਵਿੱਚ ਇਨਵੈਸਟਮੈਂਟ ਕੋਈ ਨਹੀਂ ਆਉਣੀ, NRI ਇਜ਼ ਇਨਾਫ, ਕਿਉਂ ਜਦੋਂ ਉੱਥੇ ਸ਼ਾਦੀਆਂ ਹੁੰਦੀਆਂ ਜਾਂ ਹੋਰ ਆ, ਬੈਂਕਟਾਂ ਜਾਂ ਲੜਾਈਆਂ ਕਰਕੇ ਭਜਾਉਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹਨਾਂ ਨੇ ਇੱਥੇ ਹੈਗੇ ਆਪਣੇ ਕੌਣ ਨੇ, ਮੇਰੇ ਇੱਕ ਕਾਫੀ ਅੱਛੇ ਦੋਸਤ ਨੇ ਜੋ ਸੰਧੂ ਜੀ, ਉਹਦੇ ਪਿੰਡ ਦੇ ਵਿੱਚ ਉਹਨਾਂ ਨੇ 50 ਬੰਦੇ ਇੰਗਲੈਂਡ ਤੋਂ ਜਾਂਦੇ ਨੇ, ਕਬੱਡੀ ਖਿਲਾਉਂਦੇ ਨੇ, ਟੂਰਨਾਮੈਂਟ ਕਰਾਉਂਦੇ ਆ, ਫਿਰ ਦੋ ਪਿੰਡ ਦੇ ਵਿੱਚ ਉਹਨਾਂ ਨੇ ਸਕੂਲ ਬਣਾਏ ਨੇ, ਫਿਰ ਉਹਨਾਂ ਨੇ ਲਾਇਬ੍ਰੇਰੀਆਂ ਬਣਾਈਆਂ, ਜੇ ਉਹਨਾਂ ਕੋਲ ਲੀਡਰ ਵੀ ਆਉਂਦੇ ਨੇ ਉਹੀ ਥੋੜਾ, ਉਹ ਬੰਦੇ ਛੱਡ ਜਾਣਗੇ, ਇਨਵੈਸਟਮੈਂਟ ਪੰਜਾਬ ਦੀ ਖਤਮ ਹੋ ਜਾਏਗੀ। ਸਾਡੇ ਸਭ ਦੀ ਇੱਕ ਪ੍ਰਾਪਰਟੀ, ਦੋ ਪ੍ਰਾਪਰਟੀ, ਅਸੀਂ ਬਾਰ ਬਾਰ ਚੱਕਰ ਮਾਰੀ ਜਾ ਰਹੇ ਹਾਂ ਇੰਡੀਆ 'ਚ, ਹਾਂ, ਕੁਛ ਨਹੀਂ ਹੋ ਰਿਹਾ। ਗੈਰੀ ਜੀ ਕਹਿ ਰਹੇ ਇਨਵੈਸਟਮੈਂਟ ਨਹੀਂ ਹੋਏਗੀ ਇਨ ਫਿਊਚਰ 'ਚ, ਬਿਲਕੁਲ ਨਹੀਂ ਹੋਏਗੀ, ਸਾਡੇ ਬੱਚੇ ਸਾਨੂੰ ਅੱਜ ਕੱਲ੍ਹ ਪਤਾ ਕੀ ਕਹਿ ਰਹੇ ਨੇ, ਇਹ ਜਿਹੜੀਆਂ ਤੁਹਾਡੀਆਂ ਪ੍ਰਾਪਰਟੀਆਂ ਸ਼ਰਪਟੀਆਂ, ਇਹਨਾਂ ਨੂੰ ਖਤਮ ਕਰੋ, ਅਸੀਂ ਨਹੀਂ ਜਾਣਾ ਲੜਨ, ਨਾ ਸਾਨੂੰ, ਸਾਡੇ ਬੱਚੇ ਫਰਸਟ੍ਰੇਟ ਹੋ ਗਏ ਨੇ ਸਾਡੀਆਂ ਫਰਸਟ੍ਰੇਸ਼ਨ ਨੂੰ ਦੇਖ ਕੇ, ਔਰ ਤੁਸੀਂ ਬੜੀਆਂ ਅੱਛੀਆਂ ਗੱਲਾਂ ਦੱਸੀਆਂ ਕਿ ਜਿੱਦਾਂ ਅਸੀਂ ਕੋਈ
ਕਿਸੇ ਨੂੰ ਪਾਵਰ ਆਫ ਅਟਰਨੀ ਦਿੰਦੇ ਹਾਂ, ਉਸੇ ਵੇਲੇ ਸਾਈਨ ਕਰਨ ਦੀ ਕੋਈ ਲੋੜ ਨਹੀਂ। ਉਹਦਾ ਫਾਰਮੈਟ ਲਓ, ਕਿਸੇ ਹੋਰ ਵਕੀਲ ਕੋਲੋਂ ਚੈੱਕ ਕਰਾ ਲਓ, ਦੋ ਚਾਰ ਬੰਦਿਆਂ ਕੋਲੋਂ ਚੈੱਕ ਕਰਾਓ, ਦੇਖੋ ਜੀ ਇਹਦੇ 'ਚ ਕੋਈ ਗਲਤ ਨਹੀਂ, ਕਿਉਂਕਿ ਅਸੀਂ ਬਾਹਰ ਰਹਿੰਦੇ ਨਾ, ਸਾਡੀਆਂ ਪਾਵਰ ਆਫ ਅਟਰਨੀਜ਼ ਅਮੈਰੀਕਾ, ਕੈਨੇਡਾ, ਯੂਐਸਏ 'ਚ ਡਿਫਰੈਂਟ ਲੈਂਗੁਏਜ ਆ, ਸਾਨੂੰ ਨਹੀਂ ਯੂਜ਼ ਟੂ, ਥੋੜ੍ਹੀ ਜੀ ਥੋੜ੍ਹੀ ਜੀ ਕਿਤੇ ਨਾ ਕਿਤੇ ਘੁੱਗੀ ਜੀ ਮਾਰ ਦੋਗੇ, ਛੋਟੀ ਜੀ ਜਿਹੜੀ ਨਜ਼ਰ ਹੀ ਨਹੀਂ ਆਏਗੀ। ਸੋ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਉਹਨੂੰ ਚੈੱਕ ਕਰਾਈਏ ਚਾਰ ਬੰਦਿਆਂ ਤੋਂ। ਮੈਂ ਅੰਜੂ ਜੀ, ਮੈਂ ਹੁਣੇ ਅੱਜ ਸਵੇਰੇ ਵੀ ਇੱਕ ਜਿਹੜੀ ਪਾਵਰ ਆਫ ਅਟਾਰਨੀ ਇੰਗਲੈਂਡ ਤੋਂ ਮੈਨੂੰ ਆ ਰਹੀ ਸੀ, ਮੇਰੇ ਥਰੂ ਜਾ ਰਹੀ ਆ, ਅਸੀਂ ਕੋਸ਼ਿਸ਼ ਇਹ ਕਰਨੀ ਆ ਪਾਵਰ ਅਟਾਰਨੀ ਟਰੱਸਟ ਕਰਨਾ ਪਏਗਾ, ਪਰ ਤੁਸੀਂ ਟਰੱਸਟ ਇਹ ਨਾ ਕਰੋ ਫਲਾਨਾ ਸਿਉਂ ਨੇ ਦੱਸਤਾ ਵੀ ਫਲਾਨਾ ਵਕੀਲ ਬਹੁਤ ਚੰਗਾ ਜਲੰਧਰ ਦੇ ਵਿੱਚ ਹਾਂਜੀ ਲੁਧਿਆਣੇ 'ਚ ਹੈਗਾ, ਕੋਈ ਗੱਲ ਨਹੀਂ, ਉਹਨੇ ਕਹਿਣਾ ਆ ਜਾ ਕੋਈ ਗੱਲ ਨਹੀਂ ਭੇਜ ਦੇ, ਉਦੋਂ ਬਾਅਦ ਉਹਨੂੰ ਤੁਸੀਂ ਦੇਤੀ ਆ, ਫਿਰ 2 ਲੱਖ ਵੀ ਦੇਤਾ, ਫਿਰ 2 ਲੱਖ ਦੇਤਾ, ਫਿਰ 2 ਲੱਖ, ਜਿਵੇਂ ਅੰਜੂ ਜੀ ਨੇ ਪਹਿਲਾਂ ਵੀ ਕਿਹਾ 10-12 ਲੱਖ ਦੇ ਕੇ ਫਿਰ ਮੇਰੇ ਕੋਲ ਆਉਂਦੇ ਆ, ਹੁਣ ਕੀ ਕਰੀਏ, ਫਿਰ ਕਹਿੰਦੇ ਜੀ ਹੋਰ ਲੈ ਲਓ ਪੈਸੇ, ਮੈਂ ਕਿਹਾ ਉਹ ਪੈਸੇ ਦੇਣ ਦੀ ਬਜਾਏ ਤੇ ਰੈਕੋਗਨਾਈਜ਼ ਕਰੋ ਨੈਟਵਰਕ ਨੂੰ, ਪੁਲਿਸ ਦੀ ਤਦ ਕੀਤੀ ਆ ਚਹਿਲ ਸਾਹਿਬ ਨਾਲ, ਪੁਲਿਸ ਫੀਸੇ ਰਹੇ ਆ, ਇਹ ਸਾਰੀ ਚੀਜ਼ ਦੱਸਦੇ ਰਹਿੰਦੇ ਆ, ਪੁਲਿਸ ਵੀ ਸਾਡੇ ਨਾਲ ਜੁੜੀ ਜਾ ਰਹੀ ਆ, ਕੁੜੀਆਂ ਮੁੰਡੇ ਨਵੇਂ IPS ਅਫੀਸਰ ਆ ਰਹੇ ਨੇ, ਉਹ ਅੰਡਰਸਟੈਂਡ ਕਰਦੇ ਨੇ, ਉਹ ਸਾਡੇ ਗਰੁੱਪ ਨਾਲ ਵਕੀਲਾਂ ਨਾਲ ਰਲ ਰਹੇ ਨੇ ਚੰਡੀਗੜ੍ਹ ਦੇ ਵਿੱਚ, ਅਸੀਂ ਕਿਸੇ ਨੂੰ ਵੀ ਪਾਵਰ ਆਫ ਅਟਾਰਨੀ ਗਲਤ ਨਹੀਂ ਦਵਾਉਣੀ, ਜੇ ਦਵਾਉਤੀ ਹੈਗੀ ਆ ਬਾਈ ਚਾਂਸ ਉਹਨੇ ਗਲਤ ਵੀ ਕੀਤਾ ਚੀਟ ਕੀਤਾ, ਤਾਂ ਵੀ ਵਿਲ ਡੂ ਇਨ ਦਾ ਪ੍ਰੈਸ ਮੀਡੀਆ ਕਿ ਦਿਸ ਗਾਏ ਬੀ ਬੇਅਰ ਆਫ ਦਿਸ ਲਾਅਰ ਅਟਾਰਨੀ ਤੋਂ, ਤੋ ਤਾਂ ਕਿ ਉਹਦਾ ਅਸੀਂ ਵੀ ਅਸੀਂ ਕਿਉਂ ਅਸੀਂ ਅਸੀਂ ਮਿਸਯੂਜ਼ ਕਰੇ ਸਾਨੂੰ ਕੋਈ NRI ਨੂੰ, ਲੈਟ ਵੀ ਵਰਕ ਟੂਗੈਦਰ ਮੇਕਿੰਗ ਏ ਨੈਟਵਰਕ। ਪ੍ਰੀਤਮ ਸਿੰਘ ਜੀ ਯੂ ਸ਼ੁਡ ਹੈਲਪ ਅਸ ਇਨ ਦਾ ਫਿਊਚਰ, ਨਾ ਬਾਕੀ ਅੰਜੂ ਜੀ ਇੱਕ ਇੱਕ ਮਿੰਟ ਸਾਰਿਆਂ ਨੂੰ ਦੇ ਕੇ ਆਪਾਂ ਲੈਟ ਵੀ ਫਿਨਿਸ਼ ਇਟ ਯਾ ਪਲੀਜ਼, ਥੈਂਕ ਯੂ। ਹਾਂਜੀ ਪ੍ਰੀਤਮ ਸਿੰਘ ਜੀ, ਤੁਸੀਂ ਬੜਾ ਅੱਛਾ ਪੁਆਇੰਟ ਬਾਹਰ ਲੈ ਕੇ ਆਏ, ਔਰ ਸਾਨੂੰ ਇਹਦੇ ਨਾਲ ਪਤਾ ਚੱਲਦਾ ਹੈ ਇੱਕ ਦੂਸਰੇ ਨਾਲ ਗੱਲ ਕਰਕੇ ਕਿ ਕਿਹੜੀਆਂ ਚੀਜ਼ਾਂ ਹੈਗੀਆਂ, ਜਿੱਦਾਂ ਸਾਡੇ ਭਾਜੀ ਨੇ ਕਿਹਾ ਕਿ ਪ੍ਰੋਬਲਮ ਆਉਣ ਤੋਂ ਪਹਿਲਾਂ ਹੀ ਅਗਰ ਤੁਸੀਂ ਚੀਜ਼ਾਂ ਨੂੰ ਦੇਖ ਲਓ, ਕਰ ਲਓ, ਫਿਰ ਤੁਹਾਨੂੰ ਇੰਨੀ ਦੂਰ ਦੇ ਚੈਨਲਸ ਨੂੰ ਫੋਲੋ ਕਰਨ ਜ਼ਰੂਰਤ ਨਹੀਂ। ਕਿਉਂ ਪ੍ਰੀਤਮ ਸਿੰਘ ਜੀ, ਸਹੀ ਹੈ ਨਾ ਕਿ ਪਹਿਲਾਂ ਹੀ ਪ੍ਰੀਕਾਸ਼ਨ ਲੈ ਲਓ। ਅੰਜੂ ਜੀ, ਮੇਰੇ ਇਲਾਕੇ ਦੇ ਵਿੱਚ ਘੱਟ ਤੋਂ ਘੱਟ 15 ਬੰਦੇ ਮੈਨੂੰ ਆ ਕੇ ਦਿੱਤੇ, ਉਹ ਕਹਿੰਦੇ ਅਸੀਂ ਬੜੀ ਦੇਰ ਤੋਂ ਧੱਕੇ ਖਾ ਰਹੇ ਸੀ, ਸਾਨੂੰ ਇਹ ਨਹੀਂ ਸੀ ਪਤਾ ਅਸੀਂ ਕਿਹਦੇ ਕੋਲ ਅਪਰੋਚ ਕਰੀਏ, ਕਿਹਨੂੰ ਜਾ ਕੇ ਮਿਲੀਏ, ਤੁਸੀਂ ਜਿਹੜਾ ਜੀ ਜੀ ਪਲੇਟਫਾਰਮ ਬਣਾਇਆ ਇੱਕ ਬਹੁਤ ਵਧੀਆ, ਸਾਨੂੰ ਤੁਸੀਂ ਹੈਲਪ ਕਰੋ, ਜਿੱਥੇ ਕਿਤੇ ਸਾਡੀ ਲੋੜ ਹੈ ਅਸੀਂ ਤੁਹਾਡੇ ਨਾਲ ਕਰਾਂਗੇ, ਕਿਰਪਾ ਕਰਕੇ ਸਾਡੀ ਕੋਠੀ ਖਾਲੀ ਕਰਾ ਦਿਓ, ਸਾਡੀ ਜ਼ਮੀਨ ਖਾਲੀ ਕਰਾ ਦਿਓ, ਸਾਡਾ ਕੋਈ ਆਪਸ ਡਿਸਪਿਊਟ ਭਰਾਵਾਂ ਦਾ ਚੱਲ ਰਿਹਾ, ਭਰਾ ਨੂੰ ਭਰਾ ਹੀ ਕਰ, ਦੇਖੋ ਕੋਈ ਗੈਰ ਨਹੀਂ ਦੱਬਦਾ ਹੈਗਾ, ਖੈਰ ਨਹੀਂ ਜਿਹੜੀ ਦੱਬਦਾ। ਪ੍ਰੋਪਰਟੀ ਆ ਤੁਹਾਡੇ ਆਪਣੇ ਆਪਣੇ ਹੁੰਦੇ ਨੇ। ਹਾਂਜੀ ਚਹਿਲ ਸਾਹਿਬ, ਗੱਲ ਇਹ ਜੀ, ਦੇਖੋ ਸਭ ਤੋਂ ਵੱਡੀ ਤਾਂ ਗੱਲ ਆ, ਜਿਵੇਂ ਪ੍ਰੀਤਮ ਸਿੰਘ ਜੀ ਨੇ ਕਿਹਾ ਸੀਗਾ ਵੀ ਜਦੋਂ ਮਤਲਬ ਅੱਗੋਂ ਬੰਦਾ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਵੀ ਅਗਲੋਂ ਅਗਲੇ ਪਾਸੋਂ ਜਿਹੜੀ ਸਟਰੋਂਗ ਆ ਪਾਰਟੀ ਜਾਂ ਮੇਰੀ ਦਾਲ ਨਹੀਂ ਗਲਣੀ, ਉੱਥੇ ਬੰਦਾ ਉਹ ਝਿਜਕ ਜਾਂਦਾ। ਹੁਣ ਤੱਕ ਤਾਂ ਇਹ ਹੀ ਹੁੰਦਾ ਆ ਆਮ ਜ਼ਿਆਦਾਤਰ ਵੀ ਉੱਥੋਂ ਵਾਲੇ ਲੋਕਾਂ ਦੇ ਦਿਮਾਗ ਦੇ ਵਿੱਚ ਸਿਰਫ ਇੱਕੋ ਗੱਲ ਸੀਗੀ ਵੀ ਇਹ ਮਹੀਨਾ 2 ਮਹੀਨੇ ਆਊਗਾ ਬੋਲ ਬਾਲ ਕੇ ਇਹਨੇ ਚਲੇ ਜਾਣਾ, ਉਹਨਾਂ ਆਪੋ ਉਹਨਾਂ ਨੇ ਟਾਈਮ ਲਮਕਾ ਕੇ ਟਾਈਮ ਕੱਢ ਦਿੰਦੇ ਸੀ। ਹੁਣ ਜਿਹੜਾ ਪਲੇਟਫਾਰਮ ਬਣਿਆ ਆਪਣਾ, ਜਿਵੇਂ ਜਸਟ ਜੋਰਾ ਸਿੰਘ ਜੀ ਦੱਸਿਆ, ਦੂਜੇ ਹੋਰ ਵੀ ਆ, ਹੁਣ ਵੇਖੋ ਪੁਲਿਸ ਦੇ ਜਿਵੇਂ ਇਹਨਾਂ ਨੇ ਪੁੱਛਿਆ ਵੀ ਪੁਲਿਸ ਦਾ ਕੀ ਕੰਮ ਆ, ਪੁਲਿਸ ਦਾ ਤਾਂ ਇਸ ਤਰ੍ਹਾਂ ਆ ਵੀ ਜੇ ਹਾਈ ਕੋਰਟ ਦਾ ਨਾਂ ਸੁਣਦੇ ਆ ਨਾ ਤੇ 70% ਉਦੋਂ ਪਛਾੜ ਜਾਂਦੇ ਆ ਹਾਈ ਕੋਰਟ ਦੇ, ਮਤਲਬ ਜਿਵੇਂ ਜੱਜ ਸਾਹਿਬ। ਬਿਲਕੁਲ ਬਿਲਕੁਲ ਜੀ, ਪਰ ਦੂਸਰੀ ਗੱਲ ਇਹ ਆ ਜੀ, ਜੇ ਅਗਲੇ ਨੂੰ ਇਸ ਗੱਲ ਦਾ ਪਤਾ ਲੱਗ ਜੇ ਵੀ ਇਸ ਇਹ ਜਿਹੜਾ ਮਤਲਬ ਇਹਦੀ ਪੈਰਵੀ ਕਰਨ ਵਾਲੀ ਕੋਈ ਜਮਾਤ ਕੋਈ ਐਸੋਸੀਏਸ਼ਨ ਕੋਈ ਸੰਸਥਾ ਅੱਗੇ ਖੜੀ ਆ, ਉਹਦੇ ਨਾਲ ਬਹੁਤ ਜ਼ਿਆਦਾ ਫਰਕ ਉਹਦੇ ਤੇ ਦਿਮਾਗੀ ਤੌਰ ਤੇ ਪੈ ਜਾਂਦਾ, ਭਾਈ ਹੁਣ ਮੈਂ ਇਹਨੂੰ ਨਹੀਂ ਮਤਲਬ ਜ਼ਿਆਦਾਤਰ ਇਹਨੂੰ ਨੱਪ ਸਕਦਾ,
ਅੱਗੇ ਦਿਮਾਗ ਦੇ ਵਿੱਚ ਇਹੀ ਸੀਗਾ ਵੀ ਉਹ ਇਕੱਲਾ ਬੰਦਾ ਆਊਗਾ, ਦੋ ਦੋ ਦਿਨ 4 ਦਿਨ, ਦੋ ਇੱਕ ਦੋ ਜਣੇ ਨਾਲ ਜਿਹੜੇ ਆ ਉਹ, ਕਿਉਂਕਿ ਉੱਧਰਲੇ ਨੇ ਜਿਹੜੇ ਉੱਧਰ ਬੰਦੇ ਰਹਿੰਦੇ ਉਹਨਾਂ ਨੇ ਮਤ ਜ਼ਿਆਦਾ ਉਹਨਾਂ ਦੀ ਕਰਨੀ ਆ, NRA ਦੀ ਕੋਈ ਦਰ ਲਈ ਕਰਦਾ। ਹੁਣ ਜਿਹੜੀ ਆਪਣੀ ਇਹ ਜਮਾਤ ਬਣ ਗਈ ਆ, ਇਹ ਜਮਾਤ ਨੇ ਆਪਾਂ ਨੂੰ ਆਪਣੇ ਅਸਰ ਇਹ ਹੋਊਗਾ ਅਗਲੇ ਤੇ ਮੈਂਟਲੀ ਅਸਰ ਪੈਣਾ ਵੀ ਭਾਈ ਉਸ ਬੰਦੇ ਉਸ ਬੰਦੇ ਦੀ ਉਹ ਇੱਥੋਂ ਚਲਾ ਵੀ ਜਾਵੇ ਉਹਦੀ ਪੈਰ ਵੀ ਫਿਰ ਵੀ ਹੋ ਜਾਣੀ। ਮੈਂ ਹਾਂਜੀ ਕੱਟ ਲੈ ਜੀ, ਐਗਰੀ ਕਰਦੇ ਹੋ ਤੁਸੀਂ ਇਹਨਾਂ ਦੀ ਗੱਲ ਨਾਲ? ਹਾਂਜੀ, ਇਹ ਤਾਂ ਹੈਗਾ ਹੀ ਆ ਵੀ ਜਦੋਂ ਸਾਹਮਣੇ ਵੀ ਕੋਈ ਕਮਜ਼ੋਰ ਦਿਲ ਵਾਲਾ ਬੰਦਾ ਹੁੰਦਾ NRI ਵੀ, ਉਹ ਵੀ ਉੱਥੋਂ ਛੱਡ ਕੇ ਆਪਦਾ ਤੁਰ ਜਾਂਦਾ ਕਿਸੇ ਪਾਸੇ। ਮਤਲਬ ਇਹ ਆ ਵੀ ਬੰਦੇ ਦਾ ਜਿਹੜਾ NRI ਦਾ ਆਪਦਾ ਜਿਹੜਾ ਹੈਗਾ ਵਾ ਲੜਨ ਦਾ, ਉਹ ਵੀ ਥੋੜ੍ਹਾ ਜਿਹਾ ਤਰੀਕਾ ਸਟਰੋਂਗ ਹੋਣਾ ਚਾਹੀਦਾ। ਇਹ ਨਹੀਂ ਬਈ ਉਹ ਜਾਣਦੀ ਉੱਥੋਂ ਕਹਿ ਦੇਵੇ ਵੀ ਮੈਂ ਹੁਣ ਤਾਂ ਇਹ ਪ੍ਰਾਪਰਟੀ ਗਈ ਮੈਂ ਛੱਡ ਗਿਆ ਜਾਂ ਹੋਰ, ਕਿਉਂਕਿ ਹੁਣ ਸਾਡੇ ਕੋਲ ਜਿਹੜੀ NRI ਪ੍ਰੈਸ ਦੇ ਵਿੱਚ ਆਪਾਂ ਸਪੋਰਟ ਖੜੀ ਹੈ ਉਹਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਸਾਨੂੰ ਸਾਰੇ NRI-ਆਂ ਨੂੰ। ਹਾਂਜੀ ਗੈਰੀ ਜੀ, ਹਰਪ੍ਰੀਤ ਜੀ, ਹਰਪ੍ਰੀਤ ਕਰ ਲੈਣ, ਹਰਪ੍ਰੀਤ ਤੁਸੀਂ ਕਰ। ਹਾਂਜੀ ਸਰ ਜੀ, ਇਹ ਟੌਪਿਕ ਤਾਂ ਇਸ ਤਰ੍ਹਾਂ ਦਾ ਵੀ ਇਹਦੇ ਤੇ ਮੈਂ 2-3 ਘੰਟੇ ਵੀ ਐਕਸਪਲੇਨ ਕਰ ਦੇ ਸਕਦਾ, ਬਟ ਸ਼ੋਰਟ ਟਾਈਮ ਹੈ। ਇਹਦੇ 'ਚ ਕੁਝ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਆਲਰੇਡੀ ਪਹਿਲਾਂ ਡਿਸਕਸ ਹੋ ਚੁੱਕੀਆਂ, ਸਾਰਿਆਂ ਨੇ ਕਰ ਦਿੱਤੀਆਂ ਹੋਈਆਂ। ਹਾਂ, ਅਸੀਂ ਇੱਕ ਪ੍ਰਾਪਰਟੀ ਜਿਹੜੀ ਸੀ ਆਪਣੀ ਪ੍ਰਾਪਰਟੀ ਘਰੇਲੂ ਆ ਉਹਦੇ ਤੇ ਗੱਲ ਕਰ ਚੁੱਕੇ ਹਾਂ। ਜਿਹੜੀਆਂ ਰੈਂਟਲ ਪ੍ਰਾਪਰਟੀਆਂ ਹੁੰਦੀਆਂ ਸ਼ਹਿਰਾਂ ਦੇ ਵਿੱਚ ਪ੍ਰਾਪਰਟੀ ਹੁੰਦੀਆਂ, ਇੱਕ ਇਹਨਾਂ ਦਾ ਵੀ ਬੜਾ ਅੱਜ ਕੱਲ ਚੱਲ ਰਿਹਾ ਕਿ ਇਹਨਾਂ ਨੂੰ ਗ੍ਰੈਬ ਕਰਨ ਵਾਸਤੇ ਇੱਕ ਜਿੱਦਾਂ ਮਾਫੀਆ ਗਰੁੱਪ ਕੰਮ ਕਰਦਾ। ਸੋ ਇਹ ਜਿਹੜਾ ਮਾਫੀਆ ਗਰੁੱਪ ਹੈ, ਸਾਡੀ ਆਵਰ ਟੀਮ ਦੀ ਕੋਸ਼ਿਸ਼ ਹੈ ਵੀ ਇਹ ਜਿਹੜੇ ਮਾਫੀਆ ਗਰੁੱਪ ਆ ਇਹਨਾਂ ਨੂੰ ਕੰਟਰੋਲ ਕਿੱਦਾਂ ਕੀਤਾ ਜਾਵੇ, ਔਰ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਇੱਕ ਸਾਡੀ ਵਧੀਆ ਟੀਮ ਬਣੀ ਹੋਈ ਆ। ਸੋ ਇਹ ਕੀ ਕਰਦੇ ਨੇ, ਇਹ ਹਰ ਪਾਸਿਓਂ ਕਨੈਕਟ ਕਰਦੇ ਨੇ, ਕਨੈਕਟ ਕਰਕੇ ਇਹ ਇਹਨਾਂ ਦਾ ਵਾਚ ਇਹੀ ਕੰਮ ਹੁੰਦਾ ਵੀ ਪ੍ਰਾਪਰਟੀ ਜਿਹੜੀ ਆ ਕਿਹੜੀ ਪ੍ਰਾਪਰਟੀ NRI ਦੀ ਆ ਔਰ ਇਹਨੂੰ ਅਸੀਂ ਕਿਸ ਤਰ੍ਹਾਂ ਰੈਂਟਲ ਤੇ ਲੈਣ। ਉਹ ਕੋਸ਼ਿਸ਼ ਇਹ ਕਰਦੇ ਨੇ ਵੀ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਰੈਂਟ ਦੇ ਕੇ ਉਹਨਾਂ ਨੂੰ ਗ੍ਰੈਬ ਕਰ ਲਈਏ, ਉਹ 2-4 ਮਹੀਨੇ ਰੈਂਟ ਦੇ ਕੇ ਉਸ ਤੋਂ ਬਾਅਦ ਉਹਨੂੰ ਛੱਡ ਦਿੰਦੇ। ਉਹ ਜਦੋਂ 2-4 ਮਹੀਨੇ ਅਗਲੇ ਨੂੰ ਰੈਂਟ ਆਉਂਦਾ ਉਸ ਤੋਂ ਬਾਅਦ ਫਿਰ ਉਹ ਰੈਂਟ ਦੇਣਾ ਬੰਦ ਕਰ ਦਿੰਦੇ ਨੇ। ਸੋ ਰੈਂਟ ਦੇਣ ਤੋਂ ਬਾਅਦ ਕੀ ਹੁੰਦਾ ਵੀ ਉਹ ਫਿਰ ਆਦਮੀ ਕਹਿੰਦਾ ਜੀ ਮੈਨੂੰ ਰੈਂਟ ਦੇ ਦਿਓ, ਉਹ ਫਿਰ ਉਹਦਾ ਡਿਸਪਿਊਟ ਖੜਾ ਹੋ ਜਾਂਦਾ। ਉਹਦੇ ਨਾਲ ਫਿਰ NRIs ਜਿਹੜੇ ਉਹ ਕਾਫੀ ਪ੍ਰੋਬਲਮਸ ਆਉਂਦੇ ਆ। ਔਰ ਸਭ ਤੋਂ ਵੱਡੀ ਗੱਲ ਹੈ, ਮੈਂ ਇੱਕ ਜ਼ਰੂਰ ਇੱਥੇ ਐਡ ਕਰਨ ਦੀ ਕਰਦਾ ਵੀ ਜਿਹੜੀ ਪੁਲਿਸ ਹੈ, ਪੁਲਿਸ ਤੁਹਾਨੂੰ ਕੋਈ ਵੀ ਲੀਗਲ ਸਲਾਹ ਇਸ ਕਰਕੇ ਨਹੀਂ ਦੇ ਸਕਦੀ ਵੀ ਤੁਸੀਂ ਕਿਸੇ ਦਾ ਜਾ ਕੇ ਧੱਕੇ ਨਾਲ ਸਮਾਨ ਬਾਹਰ ਕੱਢ ਦਿਓ। ਸੋ ਇਹ ਜ਼ਰੂਰ ਤੇ ਜ਼ਰੂਰ ਕੋਸ਼ਿਸ਼ ਕਰਿਓ ਕਿ ਜਿਹੜਾ ਲੀਗਲੀ ਸਟੈਪ ਹੁੰਦਾ ਹੈ, ਤੁਸੀਂ ਕਿਸੇ ਦਾ ਜੇ ਕੋਈ ਨਹੀਂ ਵੜਿਆ 3-4-5 ਮਹੀਨੇ ਤੁਹਾਡੀ ਪ੍ਰਾਪਰਟੀ ਦੇ ਵਿੱਚ, ਉਹਦੇ ਸਮਾਨ ਨੂੰ ਖੁਰਦ ਬੁਰਦ ਨਾ ਕਰਿਓ, ਕਿਉਂਕਿ ਇਹ ਵੱਡਾ ਸਟੈਪ ਤੁਹਾਡੇ ਅਗੇਂਸਟ ਹੋ ਜਾਂਦਾ ਔਰ ਇਹਦੇ ਨਾਲ ਤੁਸੀਂ ਮੁਸੀਬਤ ਦੇ ਵਿੱਚ ਆ ਜਾਂਦੇ ਹੋ। ਕਿਉਂਕਿ ਜਿਹੜਾ ਲੀਗਲ ਰਾਈਟ ਕੋਰਟ ਕੋਲ ਹੈਗਾ ਉਹ ਪੁਲਿਸ ਕੋਲ ਕੋਈ ਰਾਈਟ ਨਹੀਂ, ਕਿ ਪੁਲਿਸ ਜੋ ਵੀ ਕਰਦੀ ਆ ਉਹ ਚਲੋ ਕੋਰਟ ਦੇ ਅਕੋਰਡਿੰਗ, ਲਾਅ ਦੇ ਅਕੋਰਡਿੰਗ ਹੀ ਕਰਦੀ। ਤੇ ਜਿਹੜੀ ਸਾਡੀ ਟੀਮ ਬਣ ਗਈ ਉਹ ਹਰ ਟੀਮ ਜਿਹੜੀ ਸਾਡੀ ਉਹਦਾ ਹੱਲ ਕੱਢੇਗੀ ਔਰ ਟੀਮ ਉਹ ਪੂਰੀ ਜਿਹੜੀ ਤਰ੍ਹਾਂ ਨਾਲ ਟੀਮ ਹੈ ਸਪੋਰਟ ਉਹ ਕਰੇ। ਮਤਲਬ ਬਣ ਗਈ ਹੈ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਇੱਕ ਹੌਟਲਾਈਨ ਵੀ ਅਸੀਂ ਲਾਂਚ ਕਰ ਰਹੇ ਹਾਂ ਜਿਹਦੇ ਤੇ ਬਿਲਕੁਲ ਬਿਲਕੁਲ, ਪ੍ਰੋਪਰ ਗੈਰੀ ਜੀ ਜਿੰਨਾ ਚਿਰ ਤੁਹਾਡਾ ਆਪਣਾ ਨੈਟਵਰਕ ਨਹੀਂ ਹੈ, ਮੈਨੂੰ 20 ਸਾਲ ਹੋ ਗਏ ਦੇਖਦੇ, ਮੈਂ ਵਕੀਲਾਂ ਦੀਆਂ ਕੋਠੀਆਂ ਵੀ ਮੋਹਾਲੀ ਚੰਡੀਗੜ੍ਹ ਦੇ ਵਿੱਚ, ਵਕੀਲਾਂ ਦੀਆਂ ਆਪਣੀਆਂ ਕੋਠੀਆਂ ਵੀ ਦੂਜੇ ਬੰਦਿਆਂ ਨੇ ਦੱਬੀਆਂ ਹੋਈਆਂ, ਵਕੀਲ ਵੀ ਕੁਝ ਨਹੀਂ ਕਰ ਬਿਲਕੁਲ ਸਕਦੇ। ਵੀ ਹੈਵ ਅਵਰ ਓਨ ਨੈਟਵਰਕ ਨੰਬਰ 2। ਉਹਦੇ ਵਿੱਚ ਕੀ ਹੈਗਾ, ਤੁਹਾਡੇ ਕੋਲ ਸਟਰੋਂਗ ਟੀਮ ਹੈਗੀ ਆ ਜਿਹੜੀ ਕਿ ਬੈਠੀ ਆ, ਚਾਹੇ ਮੋਹਾਲੀ ਬੈਠੀ ਆ, ਚੰਡੀਗੜ੍ਹ, ਜੋ ਵੀ ਇਲਾਕੇ 'ਚ, ਉਹ ਤੁਹਾਨੂੰ ਟਰੱਸਟ ਹੈਗਾ ਕਿ ਇਹ ਤੁਹਾਨੂੰ ਓਨੈਸਟ
ਜਿਹੜੇ ਵਕੀਲ ਬੈਠੇ ਆ, ਜੱਜ ਬੈਠੇ ਆ, ਤੁਹਾਨੂੰ ਪਤਾ ਤੁਹਾਨੂੰ ਸਪੋਰਟ ਕਰ ਰਹੇ ਨੇ, ਰਿਟਾਇਰਡ ਵੀ ਨੇ, ਉਹ ਤੁਹਾਡੀ ਸਪੋਰਟ ਕਰ ਰਹੇ ਆ। ਜੇ ਤੁਹਾਨੂੰ ਕੰਪਲੇਂਟ ਹੈਗੀ ਆ ਤਾਂ ਵੀ ਕੈਨ ਪੁੱਟ ਔਨ ਦੈਟ ਸਿਸਟਮ ਕਿ ਇਹ ਬੰਦੇ ਨੇ ਸਾਡੇ ਨਾਲ ਗਲਤ ਕੀਤਾ ਹੈਗਾ। ਤੀਜੇ ਨੰਬਰ ਦੇ ਉੱਪਰ ਸਾਨੂੰ ਜੇ ਨਾਲ ਨਾਲ ਐਜੂਕੇਟ ਕਰਨਾ ਪੈਣਾ ਕਿ ਸਿਸਟਮ ਦੇ ਵਿੱਚ ਕਿ ਜਿਹੜੇ ਇੰਡੀਆ 'ਚ ਪੰਜਾਬ 'ਚ ਲੋਕ ਬੈਠੇ ਆ ਸਪੈਸ਼ਲੀ, ਕਿ ਐਨ ਆਰ ਆਈ ਦੀਆਂ ਮਿਹਰਬਾਨੀ ਕਰਕੇ, ਇਸ ਕਰਕੇ ਕਰ ਰਿਹਾ ਕਿ ਐਨ ਆਰ ਆਈ ਨਾਲ ਧੱਕਾ ਨਾ ਕਰੋ। 20-30 ਸਾਲ ਹੋ ਗਏ ਨੇ ਕਰਦਿਆਂ ਨੂੰ, 40 ਸਾਲ, ਇਸ ਕਰਕੇ ਹੁਣ ਨਹੀਂ ਚੱਲੇਗਾ। ਟੈਕਨੋਲੋਜੀ ਔਰ ਨੈਟਵਰਕ, ਓਨੈਸਟ ਲੋਕ ਅੱਗੇ ਆ ਚੁੱਕੇ ਨੇ। ਇਹ ਜਿਹੜੀ ਚੀਜ਼ ਆ ਤੁਹਾਡਾ ਐਕਸਪਲੋਰ ਕਰਨ ਲਈ 2 ਮਿੰਟ ਲੱਗਣੇ ਆ। ਵੈਰੀ ਮੱਚ ਐਪਰੀਸ਼ੀਏਟ। ਅੰਜੂ ਜੀ ਕਲੋਜ਼ ਕਰ ਦਿਓ ਪਲੀਜ਼, ਟਾਈਮ ਆਪ ਹਾਂਜੀ, ਜਿਸ ਸ਼ਾਰਟ। ਤਰ੍ਹਾਂ ਗੈਰੀ ਜੀ ਨੇ ਕਿਹਾ ਕਿ ਹਾਂ ਸਾਨੂੰ ਇੰਡੀਆ 'ਚ ਤੇ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਹੈ ਹੀ ਹੈ, ਕਿ ਤੁਸੀਂ ਸਾਨੂੰ ਨਾ ਮਿਸਗਾਈਡ ਕਰੋ, ਨਾ ਮਿਸਯੂਜ਼ ਕਰੋ। ਮੈਂ ਛੋਟੀ ਜਿਹੀ ਗੱਲ ਕਹਾਂਗੀ ਕਿ ਜਿਹੜਾ ਗੈਰੀ ਜੀ ਨੇ ਹਸਪੀਟਲ ਦਾ ਇੱਕ ਮਿਸ਼ਨ ਲਿੱਤਾ, ਉਹਨੂੰ ਕੰਪਲੀਟ ਵੀ ਕੀਤਾ, ਉਹ ਜਿਹੜਾ ਟੇਕ, ਉਹਦੇ ਵਿੱਚ 2 ਭਰਾ ਵਕੀਲ ਸੀਗੇ ਜਿਹੜਾ ਨੇ ਸਾਰਾ ਕੁਝ ਮੈਨੂਪਲੇਟ ਕੀਤਾ ਸੀਗਾ ਪੁਲਿਸ ਦੇ ਨਾਲ ਮਿਲ ਕੇ। ਸੋ ਜਿਹੜੇ ਚੈਨਲ ਹੈ ਉਹਦਾ ਇਹ ਇੱਕ ਕੰਮ ਹੈ ਕਿ ਜਦੋਂ ਤੁਸੀਂ ਆਪਣੀ ਪ੍ਰੋਪਰਟੀ ਵੇਚਣੀ ਹੈ, ਜਾਂ ਤੁਸੀਂ ਖਰੀਦਣੀ ਹੈ, ਜਾਂ ਤੁਸੀਂ ਕਿਸੇ ਨੂੰ ਸਪੁਰਦ ਕਰਨੀ ਹੈ ਪਾਵਰ ਆਫ ਅਟਰਨੀ ਤੇ, ਕੰਸਲਟ ਕਰੋ, ਤਾਂ ਕਿ ਅਸੀਂ ਤੁਹਾਨੂੰ ਇੱਕ ਉੱਥੇ ਜਿਹੜੇ ਸਾਡੇ ਨਾਲ ਵਕੀਲ ਜੁੜ ਗਏ ਨੇ, ਸਾਡੇ ਨਾਲ ਬੜੇ ਸਾਰੇ ਪੁਲਿਸ ਆਫਿਸਰਸ ਦੀ ਟੀਮ ਜੁੜ ਗਈ ਹੈ, IPS ਆਫਿਸਰ ਜੁੜ ਗਏ ਨੇ, ਅਸੀਂ ਤੁਹਾਨੂੰ ਇੱਕ ਪ੍ਰੋਪਰ ਚੈਨਲ ਦੇਵਾਂਗੇ ਕਿ ਤੁਸੀਂ ਇਹਦੇ ਥਰੂ ਜਾਓ। ਇੱਕ ਗੱਲ ਗੈਰੀ ਜੀ ਮੈਂ ਛੋਟੀ ਜਿਹੀ ਕਹਾਂਗੀ, ਫਿਰ ਅਗਲੀ ਵਾਰੀ ਉਸ ਤੇ ਜ਼ਿਆਦਾ ਗੱਲ ਕਰਾਂਗੇ। ਇਹ ਜਿਹੜੇ ਆਪਣੇ ਪਿੰਡਾਂ ਤੇ ਸ਼ਹਿਰਾਂ 'ਚ ਛੋਟੇ ਛੋਟੇ ਪ੍ਰੋਪਰਟੀ ਡੀਲਰ ਬੈਠੇ ਹੋਏ ਆ ਨਾ ਹਰਪ੍ਰੀਤ, ਉਹ ਸਭ ਤੋਂ ਵੱਡਾ ਮਾਫੀਆ, ਉਹਦੀ ਮੈਂ ਖੁਦ ਸ਼ਿਕਾਰ ਹੋ ਚੁੱਕੀ ਹਾਂ। ਮੇਰੀ ਖੁਦ ਮਤਲਬ, ਔਰ ਸਾਡੇ ਜਿਹੜੇ ਉੱਥੇ ਹੁਣ ਨਵਾਂ ਯੂਥ ਆ ਗਿਆ ਨਾ, ਭਤੀਜੇ ਭਤੀਜੀਆਂ, ਉਹ ਕਹਿੰਦੇ ਨੇ ਇਹਨੂੰ ਲਟਕਾਈ ਜਾਓ, ਜਿੱਦਣ ਚਲੇ ਗਏ ਭੂਆ ਜੀ, ਮਾਮਾ ਜੀ, ਚਾਚਾ ਜੀ, ਇਹਨਾਂ ਦੇ ਬੱਚਿਆਂ ਨੇ ਕਿਹੜਾ ਆ ਕੇ ਲੜਨਾ ਹੈ, ਸਾਡੀ ਆ ਪ੍ਰੋਪਰਟੀ। ਇਹ ਦੋ ਜਿਹੜੀਆਂ ਚੀਜ਼ਾਂ ਨਾ, ਇਹ ਇੰਨੀਆਂ ਬੁਰੀਆਂ ਹੋ ਰਹੀਆਂ ਇੰਡੀਆ 'ਚ, ਸਾਡੇ ਅਗੇਂਸਟ ਸਾਡੀਆਂ ਫੈਮਲੀਆਂ ਦੇ ਮਾਫੀਆ ਬਣ ਗਏ ਨੇ। ਪ੍ਰੋਪਰਟੀ ਡੀਲਰਸ ਤੋਂ ਬਚੋ, ਉਹ ਵੀ ਗੈਰੀ ਜੀ ਆਪਾਂ ਨਾ ਅੱਛੀ ਟੀਮ ਬਣਾ ਕੇ ਲੋਕਾਂ ਨੂੰ ਇੰਟਰੋਡਿਊਸ ਕਰੀਏ। ਹਰਪ੍ਰੀਤ ਜੀ, ਨੈਕਸਟ ਵੀਕ ਤੋਂ ਆਪਾਂ ਕੋਸ਼ਿਸ਼ ਕਰਾਂਗੇ, ਜਿਹੜਾ ਅਗਲਾ ਘੰਟੇ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਆਪਾਂ ਵਕੀਲ ਲਾਇਰ ਨੂੰ ਲੈ ਕੇ ਆਵਾਂਗੇ, ਜਿਹੜੇ ਕਿ ਮੋਸਟ ਓਨੈਸਟ, ਔਰ 2-3 ਲਾਇਰ ਇਕੱਠੇ ਲਿਆ ਕੇ ਤੁਸੀਂ ਇੱਥੋਂ ਤੋਂ ਬਲਾਰ ਬੈਠੇ ਆ, ਚੀਮਾ ਸਾਹਿਬ ਆਪਣੇ ਕੈਨੇਡਾ 'ਚ ਬੈਠੇ ਆ, ਸੋ ਵੀ ਵਿਲ ਬ੍ਰਿੰਗ ਟੂਗੈਦਰ। ਲੋਕਾਂ ਨੂੰ ਟਰੱਸਟ ਹੋਣਾ ਚਾਹੀਦਾ ਹੈਗਾ ਕਿ ਸਾਰੇ ਲਟੇਰੇ ਸਿਆਣੇ, ਉੱਥੇ ਬਹੁਤ ਸਿਆਣੇ ਬੰਦੇ ਬੈਠੇ। ਔਰ ਉਹਦੇ ਲਈ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ NRIs ਦੀ ਹੈ, ਜਿਹੜੇ ਸਾਰੇ ਕੰਟਰੀਜ਼ 'ਚ ਬੈਠੇ ਆ, ਕਿ ਸਾਡੇ ਚੈਨਲ ਨੂੰ ਸਪੋਰਟ ਕਰਨ। ਉਹ ਸਪੋਰਟ ਕੀ ਹੈ ਕਿ ਲੋਕਾਂ ਨੂੰ ਅਵੇਅਰਨੈਸ ਦਿਓ, ਬਈ ਹੁਣ ਇੰਡੀਆ ਜਾ ਕੇ ਕੋਈ ਪ੍ਰੋਬਲਮ ਨਹੀਂ ਹੋਣਗੀਆਂ ਪੰਜਾਬ ਵਿੱਚ, ਖਾਸ ਕਰਕੇ ਇਸ ਚੈਨਲ ਨੂੰ ਦੱਸੋ ਆਪਣੀਆਂ ਪ੍ਰੋਬਲਮਸ ਔਰ ਉਹਨੂੰ ਸਪੋਰਟ ਕਰੋ। ਇੱਕ ਹੀ ਗੱਲ ਐਡ ਕਰਾਂਗਾ ਇਹਦੇ 'ਚ ਕਿ ਜਿਹੜੀਆਂ ਫੇਕ FIRs ਹੋਈਆਂ ਜਿਨ੍ਹਾਂ ਦੇ PO ਕਰਾਰ ਦਿੱਤਾ ਗਿਆ ਲੋਕਾਂ ਨੂੰ, ਅਸੀਂ ਉਹਦੇ ਉੱਤੇ ਵੀ ਵਰਕ ਕਰਾਂਗੇ, ਔਰ ਸਾਡੀ ਟੀਮ ਵੀ ਕਰੇਗੀ ਵੀ ਇਹ FIR ਜਿੱਦਿਆਂ ਵਾ ਇਹਨਾਂ ਨੂੰ ਕਿੱਦਾਂ ਸੋਲਵ ਕਰਕੇ ਉਹਨਾਂ ਨੂੰ ਵਿੱਚੋਂ ਕੱਢਿਆ ਜਾਵੇ। ਉਹੀ ਹੈ ਨਾ, ਸਾਡਾ ਉਹਨੇ ਜਿਹੜਾ ਚੈਨਲ ਸ਼ੁਰੂ ਹੋ ਗਿਆ ਸੀ, ਇੱਕ ਤੋਂ ਬਾਅਦ ਇੱਕ ਸਬਜੈਕਟ, ਹਰ ਹਫ਼ਤੇ ਨਵੀਂ ਗੱਲ ਕਰਾਂਗੇ, ਨਵੇਂ ਟੌਪਿਕ ਲੈ ਕੇ ਆਵਾਂਗੇ। ਇੱਕ ਸਿਰਫ ਰਿਮੈਂਬਰ ਕਰਨ ਦੀ ਲੋੜ ਆ, NRI ਪ੍ਰੈਸ, ਇੱਕ ਵਰਡ, ਤੁਸੀਂ ਜਾਓਗੇ ਉਹਦੇ ਵਿੱਚ ਪੰਜਾਬ ਮਾਡਲ ਮਿਲ ਜਾਏਗਾ, ਉਹਦੇ ਵਿੱਚ ਤੁਹਾਨੂੰ ਲਾਰ ਦੇ ਨਾਮ ਮਿਲ ਜਾਣਗੇ, ਜਾ ਕੇ ਰਿਸਰਚ ਕਰੋ। ਅਸੀਂ ਦੇਖ ਕੇ ਜ਼ੋਰ ਲਾ ਕੇ ਪਿਛਲੇ 3-4 ਸਾਲ ਤੋਂ ਇਮਾਨਦਾਰ ਬੰਦੇ ਲਿਆਂਦੇ ਨੇ ਉਹਦੇ ਵਿੱਚ, 200-180 ਬੰਦੇ, 200 ਬੰਦਾ ਵਿੱਚ ਐਡ ਹੋਇਆ ਹੋਇਆ, 200 ਦੇ ਵਿੱਚ 2-4 ਬੰਦੇ, 10 ਬੰਦੇ ਗਲਤ ਵੀ ਹੋ ਸਕਦੇ ਆ ਹੋਰ, ਪਰ ਚਾਂਸ ਘੱਟ ਨੇ। ਸੋ ਵੀ ਦੇ ਅੰਡਰਸਟੈਂਡ ਦੈਟ ਉਹਨਾਂ ਨੂੰ NRI ਬਿਜ਼ਨਸ ਚਾਹੀਦਾ ਵੀ ਹੈਗਾ ਪੰਜਾਬ ਦੇ ਵਿੱਚ, ਸੋ ਦੈਟ ਦਾ ਰੀਜ਼ਨ ਵੀ ਹੈਵ ਅ ਟੀਮ। ਥੈਂਕ ਯੂ ਵੈਰੀ ਮੱਚ, ਐਪਰੀਸ਼ੀਏਟ ਜੀ। ਜੋ ਵੀ NRI press.com ਨੂੰ ਟਾਈਪ ਕਰੋ,
और ਅੱਜ ਇਹਨਾਂ ਦੇਖੋ ਦੇ ਵਿੱਚ। ਤੁਹਾਨੂੰ ਚਾਹੇ ਹਾਂ ਤੁਸੀਂ ਇੰਡੀਆ 'ਚ ਹੋ ਚਾਹੇ ਤੁਸੀਂ ਬਾਹਰ ਹੋ, ਸਾਨੂੰ ਕੰਟੈਕਟ ਕਰੋ, ਆਪਣੀਆਂ ਪ੍ਰੋਬਲਮਸ ਦਿਓ, ਆਪਣੇ ਆਈਡੀਆਜ਼ ਦਿਓ, ਸਾਨੂੰ ਵੀ ਗਾਈਡ ਕਰੋ ਕਿ ਆਹ ਵਾਲੀਆਂ ਚੀਜ਼ਾਂ, ਕਈ ਚੀਜ਼ਾਂ ਅਸੀਂ ਬਾਹਰ ਬੈਠੇ ਸਾਨੂੰ ਨਹੀਂ ਪਤਾ ਡੀਪ ਇਨਸਾਈਡ, ਹਾਲਾਂਕਿ ਟੀਮ ਸਾਡੀ ਕੰਮ ਕਰ ਰਹੀ ਹੈ। ਅਗਲੇ ਹਫਤੇ ਫੇਰ ਮਿਲਾਂਗੇ। ਓਕੇ ਥੈਂਕ ਯੂ ਸਤਿ ਓਕੇ ਓਕੇ ਸ਼ਾਲ ਥੈਂਕ ਯੂ ਐਂਡ ਹੈਵ ਅ ਗੁੱਡ ਡੇ। ਓਕੇ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ।